ਹਾਂਜੀ ਬੇਟਾ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਮੈਥ 올ਿਮਪੀਅਡ ਦਾ ਐਗਜ਼ਾਮ ਹੋਇਆ ਜੋ ਠੀਕ ਹੈ ਜੀ 10ਵੀਂ ਜਮਾਤ ਲਈ ਇਸ ਦਾ ਆਪਾਂ ਫੁੱਲ ਸੋਲੂਸ਼ਨ ਤੁਹਾਡੇ ਲਈ ਹੱਲ ਕਰਾਂਗੇ ਤਾਂ ਉਮੀਦ ਆ ਵੀ ਇਹ ਬਹੁਤ ਵਧੀਆ ਤੁਸੀਂ ਕੀਤਾ ਹੋਣਾ ਹੱਲ ਕੁਐਸਚਨ ਤੁਸੀਂ ਪਹਿਲਾਂ ਕਰਕੇ ਵੇਖਿਓਣਗੇ ਰਫ ਕਾਪੀ ਤੇ ਬਾਅਦ ਦੇ ਵਿੱਚ ਤੁਸੀਂ ਆਨਸਰ ਆ ਜਿਹੜੇ ਇਹਦੇ ਟਿੱਕ ਕੀਤੇ ਹੋਣੇ ਆ ਤਾਂ ਦੇਖਾਂਗੇ ਫਿਰ ਤੁਹਾਡੇ ਕਿੰਨੇ ਅੰਕ ਜਿਹੜੇ ਬਣਦੇ ਤਾਂ ਤੁਸੀਂ ਆਪਣੇ ਅੰਕ ਜਿੰਨੇ ਬਣਦੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿਖਣੇ ਆ ਤਾਂ ਕਿ ਪਤਾ ਲੱਗੇ ਜੀ ਵੀ ਤੁਸੀਂ ਕਿੰਨੀ ਵਧੀਆ ਢੰਗ ਨਾਲ ਇਹਦੀ ਤਿਆਰੀ ਕੀਤੀ ਸੀ ਠੀਕ ਹੈ ਜੀ ਚਲੋ ਸਟਾਰਟ ਕਰਦੇ ਆ ਆਪਣੀ ਵੀਡੀਓ ਅੱਜ ਦੀ ਪਹਿਲਾ ਪ੍ਰਸ਼ਨ ਹੈ ਸਾਡਾ ਇੱਕ ਬਾਕਸੇ ਵਿੱਚ ਕੁਝ ਕਾਰਡ ਹਨ ਜਿਨ੍ਹਾਂ ਤੇ 3 ਤੋਂ ਲੈ ਕੇ 50 ਤੱਕ ਸੰਖਿਆਵਾਂ ਲਿਖੀਆਂ ਹੋਈਆਂ ਹਨ ਇਸ ਬਾਕਸ ਦੇ ਵਿੱਚੋਂ ਇੱਕ ਕਾਰਡ ਅਚਾਨਕ ਕੱਢਿਆ ਜਾਂਦਾ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਕੱਢੇ ਗਏ ਕਾਰਡ ਤੇ ਲਿਖੀ ਗਈ ਸੰਖਿਆ ਕਪੂਰਨਕਣ ਹੋਏਗੀ ਪਹਿਲਾਂ ਤਾਂ 3 ਤੋਂ ਲੈ ਕੇ 50 ਤੱਕ ਜਿਹੜੀਆਂ ਕੁੱਲ ਸੰਖਿਆਵਾਂ ਸਾਡੇ ਕੋਲ ਬਣਦੀਆਂ ਨੇ ਉਹ 48 ਬਣਦੀਆਂ ਨੇ ਵੀ 3 ਤੋਂ ਲੈ ਕੇ 50 ਤੱਕ ਸੌਖਾ ਤਰੀਕਾ ਤੁਹਾਨੂੰ ਦੱਸਦੇ ਹਾਂ ਜਿਹੜੀ ਵੱਡੀ ਰਕ ਹੁੰਦੀ ਹੈ ਉਹ ਚੋਂ ਛੋਟੀ ਘਟਾ ਲਿਆ ਕਰੋ ਜਿੰਨਾ ਵੀ ਆ ਗਿਆ ਉਸ ਦੇ ਵਿੱਚ ਇੱਕ ਵਧਾ ਦਿਆ ਕਰੋ ਉਨੀਆਂ ਸੰਖਿਆਵਾਂ ਜਿਹੜੀਆਂ ਹੋਣਗੀਆਂ ਕਿੰਨੇ ਹੋਣਗੇ ਕਾਰਡ ਮਤਲਬ 48 ਕਾਰਡ ਹੋਣਗੇ 3 ਤੋਂ ਲੈ ਕੇ 50 ਤੱਕ ਸੰਖਿਆਵਾਂ ਵਾਲਾਂ ਤੇ ਲਿਖੀਆਂ ਹੋਣਗੀਆਂ ਟੋਟਲ 48 ਕਾਰਡ ਅੱਗੇ ਹੁਣ 3 ਤੋਂ ਲੈ ਕੇ 50 ਤੱਕ ਸੰਖਿਆਵਾਂ ਨੇ ਲਿਖੀਆਂ ਹੋਈਆਂ ਨੇ 48 ਕਾਰਡਾਂ ਤੇ ਪੂਰਨ ਘਣ ਹੋਊਗਾ ਤਾਂ ਅਸੀਂ ਪੂਰਨ ਘਣ ਦੇਖਨੇ ਜਿਹੜੇ 3 ਤੋਂ 48 ਦੇ ਵਿੱਚ ਵਿੱਚ ਆਉਣਗੇ ਇੱਕ ਤਾਂ 2 ਦਾ ਆਊਗਾ ਘਣ 8 ਇੱਕ ਆਊਗਾ 3 ਦਾ ਘਣ 27 ਇੱਕ 4 ਦਾ ਘਣ 4 4 16 4 64 40 ਦਾ ਘਾਣਾ ਜਿਹੜਾ ਉਹ ਵੱਡਾ ਹੈ 50 ਤੋਂ ਵੱਜੂਗਾ ਤਾਂ ਉਹ ਨਹੀਂ ਆਊਗਾ ਮਤਲਬ ਕਿੰਨੀਆਂ ਸੰਖਿਆਵਾਂ ਆਉਣਗੀਆਂ ਟੋਟਲ 2 ਕੁੱਲ ਕਿੰਨਾ ਸੀ ਵੀ 48 ਤਾਂ ਇਸ ਦੀ ਸੰਭਾਵਨਾ ਕੀ ਹੋਊਗੀ 2 48 ਮਤਲਬ 2 ਤੇ ਕੱਟ ਦਈਏ ਜੇ 1 24 ਤਾਂ ਇਹਦੇ ਲਈ ਸਹੀ ਆਪਸ਼ਨ ਕੀ ਆਉਣੀ ਸੀ 1 24 ਦੂਸਰੀ ਆਪਸ਼ਨ ਇਹਦੇ ਲਈ ਸਹੀ ਹੋਣੀ ਸੀ ਨੈਕਸਟ ਕੁਐਸਚਨ ਹੈ ਸਮੀਕਰਨ ਜੋੜੇ x 0 ਤੇ y 0 ਦਾ ਹੱਲ ਕਿ ਹੋ ਜਾ ਹੋਏਗਾ ਤਾਂ ਇਸ ਦਾ ਕਿਹੋ ਜਿਹਾ ਹੱਲ ਹੋਏਗਾ ਵੀ ਇੱਕ ਹੱਲ ਹੋਏਗਾ ਜਿਹੜਾ 0 0 ਮਤਲਬ ਜਿਹੜੀਆਂ ਦੋਨੋਂ ਰਖਾਵਾਂ ਨੇ x 0 y ਤੁਰਾ ਹੈ y 0 x ਤੁਰਾ ਹੈ ਦੋਨੋਂ ਇੱਕ ਥਾਂ ਤੇ ਜਿੱਥੇ ਜਿਹੜੇ ਬਿੰਦੂ ਤੇ ਕੱਟਦੀਆਂ ਨੇ ਠੀਕ ਹੈ ਉਸ ਨੂੰ ਅਸੀਂ ਮੂਲ ਬਿੰਦੂ ਬੋਲਦੇ ਆ ਇਹ ਇਸ ਦਾ ਹੱਲ ਹੈ 0 0 ਇਸ ਦੇ ਇੱਕ ਹੱਲ ਆ ਵੀ ਇਸ ਦਾ ਪਹਿਲੀ অপਸ਼ਨ ਸਹੀ ਆਊਗੀ ਇੱਕ ਲੜਕੀ 500 ਮੀਟਰ ਪੂਰਬ ਵੱਲ ਅਤੇ ਫਿਰ 1.2 ਕਿਲੋਮੀਟਰ ਦੱਖਣ ਵੱਲ ਜਾਂਦੀ ਹੈ। ਆਰੰਭਿਕ ਬਿੰਦੂ ਤੋਂ ਲੜਕੀ ਦੀ ਦੂਰੀ ਪਤਾ ਕਰੋ। ਹਾਂਜੀ। ਤਾਂ ਪਹਿਲਾਂ ਸੀ ਇਹ ਬਣਾ ਲਈਏ। ਉੱਪਰ ਉੱਤਰ, نیچے ਦੱਖਣ, ਇਧਰ ਪੂਰਬਾ ਵੀ, ਇਧਰਲੇ ਪਾਸੇ ਪੱਛਮ। ਹਾਂ, ਹੁਣ ਦੇਖੋ। ਲੜਕੀ 500 ਮੀਟਰ ਜਿਹੜੀ ਉਹ ਪੂਰਬ ਵੱਲ ਗਈ, ਇਧਰ ਨੂੰ ਗਈ ਕਿੰਨਾ ਗਈ ਵੀ? 500। ਕਲੀਅਰ? ਉਸ ਤੋਂ ਬਾਅਦ ਉਹ 1.2 ਦੱਖਣ ਵਾਲੇ ਮਤਲਬ ਨੀਚੇ ਨੂੰ 1.2 ਦੇਖੋ 1.2 ਆ ਜਿਹੜੀ ਉਹ ਮੰਨ ਲਓ ਇੱਥੇ ਤੱਕ ਬਾਕੀ 1.2 ਕਿਲੋਮੀਟਰ ਜੇ ਅਸੀਂ ਸਿੱਧਾ ਹੀ ਇਹਨੂੰ ਮੀਟਰ 'ਚ ਬਦਲ ਦੋ 1200 ਮੀਟਰ ਠੀਕ ਹੈ ਤਾਂ ਹੁਣ ਜਿਹੜੀ ਅਸੀਂ ਦੂਰੀ ਪਤਾ ਕਰਨੀ ਹੈ ਆਰੰਭਿਕ ਬਿੰਦੂ ਤੋਂ ਆ ਜਿਹੜਾ ਉਸ ਦਾ ਆਰੰਭਿਕ ਬਿੰਦੂ O ਹੈ ਆ ਲਾਸਟ ਡੈਸਟੀਨੇਸ਼ਨ A ਹੈ ਤਾਂ ਆ ਵਾਲੀ ਦੂਰੀ ਅਸੀਂ ਪਤਾ ਕਰਨੀ ਹੈ ਜਿਹਨੂੰ ਅਸੀਂ 90 ਡਿਗਰੀ ਦਾ ਕੋਣ ਮੰਨਿਆ ਹੈ ਤਾਂ ਜਿਹੜੀ OA ਹੈ ਇਸ ਤਿਰਪੋਜ ਦੇ ਵਿੱਚ ਕੀ ਆ ਵੀ ਕਰਨ ਹੈ ਤਾਂ ਕਰਨ ਕਿਵੇਂ ਨਿਕਲੂ ਦੋਹਾਂ ਦਾ ਵਰਗ ਕਰਕੇ ਠੀਕ ਹੈ ਜੋੜ ਕੇ ਕਰਨ ਦਾ ਵਰਗ ਬਾਕੀ ਦੀਆਂ ਦੋ ਭਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਮੀਟਰ ਦੇ ਵਿੱਚ ਜੇ ਅਸੀਂ ਵਰਗ ਕਰੀਏ 500 ਦਾ ਵਰਗ ਤੇ 1200 ਦਾ ਵਰਗ ਠੀਕ ਹੈ ਜੀ 500 ਦਾ ਵਰਗ ਕਰਾਂਗੇ 25 4 ਜ਼ੀਰੋ ਮਾ ਹੋ ਜਾਣਗੀਆਂ ਦੋ ਤੋਂ 12 ਦਾ ਕਰਾਂਗੇ 144 ਤੇ ਇਹਦੇ ਨਾਲ ਵੀ ਚਾਰ ਜ਼ੀਰੋਵਾਂ ਜੋੜ ਦੋ ਠੀਕ ਹੈ ਜੀ ਤਾਂ ਜੋੜ ਕੇ ਕਿੰਨਾ ਆਜੂ ਚਾਰ ਜ਼ੀਰੋਵਾਂ ਵਿੱਚ ਪਈਆਂ 169 ਚਾਰ ਜ਼ੀਰੋ ਇਹ ਆ ਗਿਆ OA ਦਾ ਵਰਗ ਤਾਂ OA ਕਿੰਨਾ ਆਜੂ 169 ਦਾ ਵਰਗ ਕਰਾਂਗੇ 13 ਠੀਕ ਹੈ ਨਾਲ ਦੋ ਜ਼ੀਰੋਵਾਂ ਹੋਰ 1300 ਮੀਟਰ ਜਾਂ ਅਸੀਂ ਕਹੀਏ 1.3 ਕਿਲੋਮੀਟਰ ਲੰਬਿਕ ਬਿੰਦੂ ਤੋਂ ਕਿੰਨਾ ਦੂਰ ਹੋ ਜੂ ਉਹ 1. 3 ਕਿਲੋਮੀਟਰ ਠੀਕ ਹੈ ਤੀਸਰੀ অপਸ਼ਨ ਇਹਦੇ ਲਈ ਸਹੀ ਆਊਗੀ 1.3 ਕਿਲੋਮੀਟਰ ਨੈਕਸਟ ਹੈ ਜੇਕਰ 4 tan β 3 ਦੇ ਤਾਂ ਹੇਠ ਲਿਖੇ ਬਿਆਨਕ ਦਾ ਮੁੱਲ ਪਤਾ ਕਰੋ ਤਾਂ ਇੱਥੋਂ ਸਾਨੂੰ ਇਹ ਪਤਾ ਲੱਗਦਾ ਵੀ tan β ਜਿਹੜਾ ਉਹ ਕਿਹਦੇ ਬਰਾਬਰ ਆ ਜਾਊਗਾ 3/4 ਦੇ 4 ਉਧਰ ਜਾ ਕੇ ਭਾਗ ਚ tan β 3/4 ਦੇ ਆਜੂ ਜਿਹੜੀ ਆ ਰਕਮ ਸਾਨੂੰ ਦਿੱਤੀ ਹੋਈ ਹੈ 4 sin β 3 cos β ਅੱਗੇ ਫੇ 4 sin β 3 cos β ਇਹਨੂੰ ਤੁਸੀਂ ਕੀ ਕਰੋ ਉੱਪਰ نیچے cos β ਨਾਲ ਭਾਗ ਕਰ ਦਿਓ ਕਿਉਂਕਿ cos β ਨਾਲ cos β ਕੈਨਸਲ ਹੋ ਜਾਊਗਾ sin β cos β tan β ਬਣ ਜੂਗਾ ਉਸ ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ ਤਾਂ 4 sin cos tan ਬਣ ਜੂਗਾ ਇੱਥੇ ਪਹਿਲੀ ਵਾਰੀ 'ਚ tan β ਆਹ cos β ਨਾਲ cos β ਨੂੰ ਭਾਗ ਕਰਾਂਗੇ ਕੈਨਸਲ ਹੋ ਜੂ ਇੱਕ ਰਹਿ ਜੂਗਾ ਇੱਥੇ نیچے ਫੇਰ ਐਮੀ 4 tan β ਆ ਜੂਗਾ ਪਰ 1 ਸਿਕਾਊ ਸੌਰੀ ਇੱਥੇ 1 ਨਹੀਂ 3 ਠੀਕ ਹੈ ਇੱਥੇ 3 ਇੱਥੇ ਵੀ 3 tan cos beta cos beta cos beta ਕੈਨਸਲ ਹੋ ਜਾ ਤਿੰਨ ਆ ਜਾਵੇ ਚਲੋ tan beta ਦੀ ਮੁੱਲ ਸਾਨੂੰ ਕਿੰਨਾ ਆਸੀ ਕੱਢਿਆ 3/4 ਤਾਂ ਉੱਪਰ ਦੋ ਦੂਸੀਂ 4 * 3/4 3 4 3/4 3 4 ਨਾਲ 4 ਕੈਨਸਲ ਤਾਂ ਉੱਪਰ ਕੀ ਬਚ ਗਿਆ 3 3 نیچے ਕੀ ਬਚ ਗਿਆ 3 3 ਤਾਂ 3 ਜੋ 3 ਕੱਢ ਦਾਂਗੇ 0 نیچے 6 ਬਣ ਗਿਆ 0/6 ਕਿੰਨਾ ਬਣ ਗਿਆ 0 ਤਾਂ ਇਸ ਕੁਐਸਚਨ ਦਾ ਕੀ ਆਨਸਰ ਆ ਜਾਊਗਾ ਵੀ 0 ਕਲੀਅਰ ਸਿੰਪਲੀ ਸੀ ਪਹਿਲੀ ਆਪਸ਼ਨ ਆ ਜੇਗੀ 0 ਨੈਕਸਟ ਹੈ ਜੇਕਰ ਦੋ ਧਨਾਤਮਕ ਸੰਪੂਰਨ ਸੰਖਿਆਵਾਂ ਮਾ ਪੀ ਅਤੇ ਕਿਉ ਨੂੰ ਪੀ ਨੂੰ ਲਿਖਿਆ ਜਾਂਦਾ ਹੈ a b ਦੀ ਸਕੁਅਰ ਕਿਉ ਨੂੰ ਲਿਖਿਆ ਜਾਂਦਾ ਹੈ a ਦੀ 3 b ਤਾਂ ਇਹਨਾਂ ਦਾ ਜਿੱਥੇ a ਅਤੇ b ਅਭਾਜ ਸੰਖਿਆਵਾਂ ਨੇ ਤਾਂ ਇਹਨਾਂ ਦਾ ਲਲ ਸਭਾਵਾ ਕੀ ਆਊਗਾ ਪੀਕਯੂ ਦਾ ਲਲ ਸਭਾਵਾ ਕੀ ਆਊਗਾ ਵੀ ਵੱਡੀ ਤੋਂ ਵੱਡੀ a ਦੀ ਵੱਡੀ ਤੋਂ ਵੱਡੀ ਕਿੰਨੀ ਹੈ ਘਾਤ a ਦੀ 3 ਤਾਂ ਜਦੋਂ ਲਲ ਸਭਾਵਾ ਸੀ ਕੱਢਣਾ ਐਲਸੀਐਮ ਕੱਢਣਾ ਉਦੋਂ ਅਸੀਂ ਵੱਡੀ ਤੋਂ ਵੱਡੀ ਘਾਤ ਵਾਲਾ ਲਿਖਣਾ ਜਦੋਂ ਤੁਸੀਂ ਐਚਸੀਐਫ ਕੱਢਣਾ ਮਮਾ ਸਭਾਵਾ ਹੋਗਦਾ ਨਾ ਉਦੋਂ ਛੋਟੀ ਤੋਂ ਛੋਟੀ ਸਾਂਝਾ ਤਾਂ ਇੱਥੇ a ਦੀ 3 ਨੂੰ b ਦੀ ਵੱਡੀ ਤੋਂ ਵੱਡੀ 2 ਤਾਂ ਜਿਹੜਾ ਜਿਹੜਾ ਲਲ ਸਭਾ ਬਣੂਗਾ ਐਲਸੀਐਮ ਬਣੂ ਇਹਨਾਂ ਦਾ ਉਹ ਕੀ ਬਣੂਗਾ a ਦੀ 3 b ਦੀ 2 ਕਿਹੜੀ ਆਪਸ਼ਨ c a ਦੀ 3 b ਦੀ 2 c ਆਪਸ਼ਨ ਸਹੀ ਨੈਕਸਟ ਹੈ ਜੇਕਰ 2 ਘਾਤੀ ਬਹੁਪਦ x ਦੀ 2 a 1x b ਦੇ ਜ਼ੀਫਰ 2 ਤੇ -3 ਹੋਣ ਤਾਂ ਕੀ ਹੋਊਗਾ ਪਹਿਲਾਂ ਸੀ ਜ਼ੀਫਰਾਂ ਦੀ ਗੁਣਾ ਦੇਖ ਲੈਣੇ ਆ 2 ਤੇ -3 ਦੀ ਗੁਣਾ -6 ਹੋ ਜੂ। ਸਿਫਰਾਂ ਦਾ ਜੋੜ ਆ ਜਿਹੜਾ 2 ਤੇ -3 ਦਾ ਉਹ ਕਿੰਨਾ ਹੋ ਜੂ -1। ਹੁਣ ਦੇਖੋ ਵੀ x ਦੀ 2 a 1x b ਚਲੋ ਸਿਫਰਾਂ ਦਾ ਗੁਣਾ ਕੀ ਦੇ ਬਰਾਬਰ ਹੁੰਦੀ ਆ ਵੀ c/a ਉਸ ਰਕਮ ਦੇ ਵਿੱਚ c/a c ਪਾਵ ਲਾਸਟ ਵਾਲਾ ਲਾਸਟ ਵਾਲਾ ਕੀ ਇੱਥੇ b ਆ ਤੇ a ਕੀ ਇੱਥੇ x ਦੇ x² ਦੇ ਮੂਰੇ ਕੀ ਹੈ 1 ਤਾਂ ਮਤਲਬ ਗੁਣਾ ਕੀ ਹੈ ਇਹਦੀ b ਇੱਥੇ ਗੁਣਾ ਅਸੀਂ ਕਿੰਨੀ ਕੱਢੀਆ ਮੈਨਸ 6 ਇਹਦਾ ਮਤਲਬ b ਕਿੰਨਾ ਮਾਈਨਸ ਦਾ 6 ਹੈ ਠੀਕ ਹੈ ਕਲੀਅਰ ਕਿਉਂਕਿ ਜਿਹੜੀ ਸੀ ਫਰਾਂ ਦੀ ਗੁਣਾ ਹੁੰਦੀ ਹੈ ਆਪਣੇ ਕੋਲ ਉਹ ਕਿਹਦੇ ਬਰਾਬਰ ਹੁੰਦੀ ਹੈ c a c ਮਤਲਬ ਲਾਸਟ ਵਾਲੀ ਰਕਮ ਇੱਥੇ ਆਪਣੇ ਕੋਲ b ਹੈ a a ਜਿਹੜਾ x² ਦੇ ਮੂਰੇ ਹੁੰਦਾ ਉਹ ਆਪਾਂ ਨੂੰ ਪਤਾ ਵੀ 1 ਹੈ ਤਾਂ b ਕਿੰਨਾ ਆ ਜੂਗਾ ਸਾਡਾ ਮਾਈਨਸ ਦਾ 6 ਆ ਜੂਗਾ ਕਲੀਅਰ ਹੁਣ ਅਸੀਂ ਜੋੜ ਵਾਲਾ ਦੇਖਦੇ ਹਾਂ जोड़े असी निशानी बदली होंगी बन जू माइनस द ए माइनस द एक आह वाली रकम बचारी बटा ए ए इत एक ही है पेल्ला वागू ए कि बराबर है जोड़ कि माइनस एक माइनस ए जड़ा माइनस एक परले जा प्लस द हो जू माइनस एक प्लस एक मतलब जीरो माइनस ए बराबर जीरो मतलब ए बराबर कि जीरो तो सा ए जीरो बराबर है बी कि बराबर माइनस छे ਲਾਸਟ ਆਪਸ਼ਨ ਸਹੀ ਆਉਗੀ ਨੈਕਸਟ ਹੈ ਦੋ ਘਾਤੀ ਬਹੁਪਦ x3 2 99x 127 ਦੇ ਸਿਫਰ ਹਨ ਵੀ ਸਿੰਪਲ ਸੀ ਕੁਐਸਚਨ ਥੋੜਾ ਸੋਚਣ ਵਾਲਾ ਚਲੋ ਅਗਰ ਅਸੀਂ ਇਸ ਨੂੰ ਖੋਲੀਏ ਵਿਚਾਲੇ ਜਿਹੜੀ ਰਕਮ ਹੈ ਪਲੱਸ ਦੀ ਹੈ ਜੇ ਅਸੀਂ ਇਹਦੀ ਫੈਕਟਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪੈਸਾ ਬੰਦ ਹੀ ਨਹੀਂ ਕੋਸ਼ਿਸ਼ ਕਰਾਂਗੇ ਤਾਂ ਇਹਦੇ ਜਿਹੜੇ ਫੈਕਟਰ ਬਣਨਗੇ ਠੀਕ ਹੈ ਭਾਵੇਂ ਜਿਹੇ ਜਿ ਮਰਜ਼ੀ ਬਣ ਉਹ ਪਲੱਸ ਦੇ ਵਿੱਚ ਬਣ ਜਾਣਗੇ ਮਤਲਬ ਜਿਹੜੇ ਮੂਲ ਬਣਨਗੇ 0 ਬਣਨਗੇ 0 ਉਹ ਮਾਈਨਸ ਦੀਆਂ ਬਣਨੀਆਂ ਤਾਂ ਦੋਨੋਂ ਕੀ ਹੋਣਗੇ ਰਣਾਤਮਕ ਤੇ ਜੇ ਅਗਰੇ ਅਸੀਂ ਇਹਦਾ ਡਿਸਕ੍ਰਿਮੀਨੈਂਟ ਕੱਢ ਕੇ ਵੇਖਾਂਗੇ ਤਾਂ ਉਹ 0 ਤੋਂ ਵੱਡਾ ਹੋਏਗਾ ਜਿਸ ਦਾ ਮਤਲਬ ਮੂਲ ਵਾਸਤਵਿਕ ਹੋਣਗੇ ਠੀਕ ਹੈ ਤੇ ਦੋਨੋਂ ਰਣਾਤਮਕ ਹੋਣਗੇ ਕਲੀਅਰ ਦੂਸਰੀ ਆਪਸ਼ਨ ਸਹੀ ਆ ਜੂਗੀ ਇਹਦੇ ਲਈ ਅਗਲਾ ਕੁਸ਼ਣ ਹੈ अरुण 골1 ਰੁਪਿਆ ਅਤੇ 2 ਰੁਪਿਆ ਦੇ ਸਿੱਕੇ ਹਨ ਕੁੱਲ ਸਿੱਕਿਆਂ ਦੀ ਗਿਣਤੀ 50 ਹੈ ਤੇ ਕੁੱਲ ਰਾਸ਼ੀ 75 ਹੈ ਕਿੰਨੇ ਸਿੱਕੇ ਆ ਵੀ ਮੰਨ ਲਓ 1 ਰੁਪਿਆ ਦੇ x ਨੇ ਤੇ 2 ਰੁਪਿਆ ਦੇ y ਨੇ ਟੋਟਲ ਕਿੰਨੇ ਨੇ ਸਿੱਕੇ x ਤੇ y 50 ਨੇ ਟੋਟਲ ਰਾਸ਼ੀ x ਵਾਲੇ ਦੀ 1 ਰੁਪਿਆ ਵਾਲੇ ਦੀ ਤਾਂ x ਹੀ ਬਣੂਗੀ 2 ਰੁਪਿਆ ਵਾਲੀ 2 ਨਾਲ ਗੁਣਾ ਕਰਕੇ 2y ਬਣੂਗੀ ਕਿੰਨੀ ਬਣਦੀ ਹੈ 75 ਤਾਂ ਦੋਵਾਂ ਨੂੰ ਜੇ ਅਸੀਂ ਘਟਾ ਲਈ x ਨਾਲ x ਕੈਨਸਲ ਹੋ ਜੂ 2y 'ਚੋਂ y ਘਟਾਵਾਂਗੇ y ਰਹਿ ਜਾਊਗਾ 75 ਦੇ ਵਿੱਚੋਂ ਅਸੀਂ 50 ਘਟਾਵਾਂਗੇ ਤਾਂ 25 ਰਹਿ ਜਾਊਗਾ ਜਿਹੜੇ 2 ਰੁਪਏ ਵਾਲੇ ਸਿੱਕੇ ਨੇ ਉਹ 25 ਨੇ ਇੱਥੇ ਦੋਹਾਂ ਦਾ ਜੋੜ 50 ਚਾਹੀਦਾ ਮਤਲਬ ਫਿਰ 1 ਰੁਪਏ ਵਾਲੇ ਵੀ ਕਿੰਨੇ ਨੇ 25 ਨੇ ਤਾਂ ਇਹਦੇ ਲਈ 25 25 ਐਕਸ 1 ਰੁਪਏ ਵਾਲੇ ਵੀ 25 2 ਰੁਪਏ ਵਾਲੇ 25 ਤਾਂ ਕਿਹੜੀ অপਸ਼ਨ ਲਾਸਟ অপਸ਼ਨ ਡੀ 25 25 ਨੈਕਸਟ ਕੁਐਸਚਨ ਹੈ ਦੋ ਪ੍ਰੀਖਿਆ ਕੇਂਦਰਾਂ A ਅਤੇ B ਵਿੱਚ ਕੁਝ ਵਿਦਿਆਰਥੀ ਹਨ ਦੋਵੇਂ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਰਾਬਰ ਕਰਨ ਲਈ ਪ੍ਰੀਖਿਆ ਕੇਂਦਰ A ਤੋਂ 10 ਵਿਦਿਆਰਥੀ ਪ੍ਰੀਖਿਆ ਕੇਂਦਰ B ਵਿੱਚ ਭੇਜੇਗੇ ਜੇਕਰ ਪ੍ਰੀਖਿਆ ਕੇਂਦਰ B ਤੋਂ 20 ਵਿਦਿਆਰਥੀ ਪ੍ਰੀਖਿਆ ਕੇਂਦਰ A ਵਿੱਚ ਭੇਜੇ ਜਾਣ ਤਾਂ ਪ੍ਰੀਖਿਆ ਕੇਂਦਰ A ਵਿੱਚ ਵਿਦਿਆਰਥੀਆਂ ਦੀ ਗਿਣਤੀ ਪ੍ਰੀਖਿਆ ਕੇਂਦਰ B ਤੋਂ ਦੁੱਗਣੀ ਹੋ ਜਾਏਗੀ ਦੋਵੇਂ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਤਾ ਕਰੋ ਤਾਂ ਪਹਿਲੀ ਰਕਮ ਨੂੰ ਦੇਖਦੇ ਹਾਂ ਜੇ A ਤੋਂ ਅਸੀਂ 10 ਭੇਜ ਦਈਏ B ਵਾਲੇ ਪਾਸੇ ਤਾਂ ਗਿਣਤੀ ਕੀ ਹੋ ਜਾਂਦੀ ਹੈ ਬਰਾਬਰ ਠੀਕ ਹੈ A ਦੇ ਵਿੱਚੋਂ ਅਸੀਂ 10 ਮਾਈਨਸ ਕਰਤੇ ਮਤਲਬ ਉਧਰ ਭੇਜਤੇ ਬੀ ਵਾਲੇ ਪਾਸੇ ਠੀਕ ਹੈ ਜੀ ਚਲੋ ਤਾਂ ਜਿਸੀ ਇਹ ਨੂੰ ਇਧਰ ਲੈ ਆਈਏ ਇਹਨੂੰ 10 ਨੂੰ ਉਧਰ ਲੈ ਜਾਈਏ ਤਾਂ ਇਹ ਬਣ ਜੂਗਾ a b ਸੌਰੀ a b ਬਣੂਗਾ a b ਆ ਮੈਨੂੰ ਦਾ ਉਧਰ ਜਾ ਕੇ ਪਲੱਸ ਦਾ ਆਜੂ v a b ਆ ਜਿਹੜਾ ਉਹ v ਬਣ ਜੂਗਾ ਨੈਕਸਟ ਕੀ ਕਹਿੰਦੇ ਹਾਂ ਜੇ 20 ਵਿਦਿਆਰਥੀ b ਤੋਂ b ਤੋਂ ਜੇ 20 ਵਿਦਿਆਰਥੀ a ਵਿੱਚ ਭੇਜੇ ਜਾਣ ਮਤਲਬ a b a ਚ ਭੇਜੇ ਜਾਂਦੇ ਨਹੀਂ ਤਾਂ a ਵਾਲੇ ਪਾਸੇ ਜੁੜ ਜੂਗਾ b ਵਾਲੇ ਪਾਸੇ ਘਟ ਜਾਣਗੇ ਤਾਂ ਗਿਣਤੀ ਤੇ ਕੀ ਫਰਕ ਪੈਂਦਾ ਹੈ ਗਿਣਤੀ ਦੁੱਗਣੀ ਹੋ ਜਾਂਦੀ ਹੈ ਵੀ ਤਾਂ ਦੋਨਾਂ ਗੁਣਾ ਕਰ ਦੋ ਤਾਂ a b 2b ਦਾ ਚਲੀ ਇਧਰ ਗੁਣਾ ਹੋ ਗਈ ਇਹ ਠੀਕ ਹੈ ਹੁ ਆ ਵੀ ਇਧਰ ਆ ਜੂਗਾ 2b ਸੌਰੀ a 2b ਆ ਜਿਹੜਾ ਇਧਰ ਜਾ ਕੇ ਮਾਈਨਸ ਦਾ ਹੋ ਜੂ ਤਾਂ ਦੇ 40 ਮਾਈਨਸ ਦਾ b ਮਤਲਬ ਮਾਈਨਸ ਦਾ ਕੀ ਹੋ ਜੂ 60 ਤਾਂ a 2b ਮਾਈਨਸ ਦਾ 60 ਇੱਕ ਆਪਣੇ ਕੋਲ ਸਮੀਕਰਨ ਇਹ ਉੱਪਰ ਵਾਲੀ ਪਈ ਹੈ ਠੀਕ ਹੈ ਆ ਵਾਲੀ ਇੱਕ ਆਪਣੇ ਕੋਲ ਇਹ ਵਾਲੀ ਪਈ ਹੱਲ ਕਰੋ ਦੋਨਾਂ ਤੁਜੇ ਦੋਹਾਂ ਨੂੰ ਘਟਾਵਾਂਗੇ ਅਸੀਂ ਤਾਂ ਇਹ ਨਾਲ ਤਾਂ ਇਹ ਕੈਨਸਲ ਹੋ ਜੂ ਤੇ ਇਧਰ ਕੀ ਬਣ ਗਿਆ ਮਾਈਨਸ ਦਾ b ਇਹਨੂੰ ਘਟਾਵਾਂਗੇ ਪਲੱਸ ਦਾ 2b ਬਣ ਜੂਗਾ ਠੀਕ ਹੈ ਤੇ ਆਹਾ 20 ਦੇ ਵਿੱਚ ਜਿਹੜੇ 60 ਆਉ ਜੁੜ ਜਾਣਗੇ ਮਤਲਬ 80 ਹੋ ਜੂਗਾ ਤਾਂ ਇਧਰ ਪਲੱਸ ਦਾ b ਬਚ ਗਿਆ ਇਧਰ ਕੀ ਹੋ ਗਿਆ 80 ਜਿਹੜਾ b ਹੈ b ਦੇ ਵਿੱਚ ਜਿਹੜੀ ਗਿਣਤੀ ਆ ਉਹ ਕਿੰਨੀ ਹੈ 80 ਠੀਕ ਹੈ b ਪ੍ਰੀਖਿਆ ਕੇਂਦਰ ਦੇ ਵਿੱਚ 80 ਵਿਦਿਆਰਥੀ ਨੇ ਪਰ ਉਹਨਾਂ ਦਾ ਦੋਹਾਂ ਦਾ ਡਿਫਰੈਂਸ ਆਪਣੇ ਕੋਲੇ 20 ਚਾਹੀਦਾ ਤਾਂ A ਦੇ ਵਿੱਚ ਕਿੰਨੇ ਹੋ ਜਾਣਗੇ ਜਾਂ C ਇੱਥੋਂ ਹੱਲ ਕਰੀਏ ਜੇ A ਦੇ ਵਿੱਚ ਕਿੰਨੇ ਹੋ ਜਾਣਗੇ 100 ਠੀਕ ਹੈ ਜੇ ਅਸੀਂ ਇੱਥੇ 80 ਭਰ ਦਈਏ ਆ 80 ਇੱਥੇ ਭਰ ਦਈਏ ਤਾਂ ਉਧਰ ਜਾ ਕੇ ਪਲੱਸ ਦਾ ਹੋ ਜੂ ਮਤਲਬ A ਝ ਕਿੰਨੇ ਹੋ ਜਾਣਗੇ 100 ਤਾਂ A ਦੇ ਵਿੱਚ 100 ਵਿਦਿਆਰਥੀ ਤੇ B ਦੇ ਵਿੱਚ 80 ਲਿਖਿਆ ਕਿੰਦਰ A ਵਿੱਚ 100 B ਵਿੱਚ 80 ਦੂਸਰੀ অপਸ਼ਨ K ਦੇ ਕਿਸਮੋਲੀ ਸਮੀਕਰਨ ਸਮਪਾਤੀ ਰਖਮਨ ਦਰਸਾਉਂਦੇ ਆ ਜੇ ਸੰਪਾਤੀ ਨੇ ਤਾਂ ਸਾਰੀ ਰੇਸ਼ਿਓ ਬਰਾਬਰ x ਵਾਲਿਆਂ ਦਾ ਅਨੁਪਾਤ y ਵਾਲਿਆਂ ਦਾ ਤੇ ਕਨਸਟੈਂਟ ਅਨੁਪਾਤ ਬਰਾਬਰ ਹੁੰਦੇ ਆ ਜャ ਅਸੀਂ ਕ ਲਈਏ a1 a2 ਬਰਾਬਰ ਹੁੰਦਾ b1 b2 ਦੇ ਬਰਾਬਰ ਹੁੰਦਾ c1 c2 ਦੇ ਤਾਂ ਅਸੀਂ x ਵਾਲੇ ਤੇ y ਵਾਲੀ ਬਰਾਬਰ ਕਰ ਦਿੰਦੇ ਆ ਤਾਂ 3 6 ਬਰਾਬਰ ਹੋਊਗਾ -1 -k ਦੇ ਆ x ਵਾਲੇ ਆ ਇਹ y ਵਾਲੇ ਕੋਫੀਸ਼ੀਐਂਟ ਗੁਣਾਕ ਠੀਕ ਹੈ ਚਲੋ ਬਰਾਬਰ ਕਰ ਦੋ ਮਾਈਨਸ 3 ਕੇ ਬਰਾਬਰ ਹੋਊਗਾ ਮਾਈਨਸ 6 ਦੇ ਮਾਈਨਸ ਨਾਲ ਮਾਈਨਸ ਕੈਨਸਲ ਕੇ ਬਰਾਬਰ ਹੋਊਗਾ 6 ਵਟਾ 3 ਜਾਨੀ ਕਿ 2 ਦੇ ਕੇ ਕਿਹਦੇ ਬਰਾਬਰ ਹੋਊਗਾ 2 ਦੇ ਸੀ ਆਪਸ਼ਨ ਸਹੀ ਸਮੀਕਰਨ x2 1 ਇਟਸ ਹੋਲ ਸਕੁਅਰ ਮਾਈਨਸ x2 ਡੈਸ਼ ਕੀ ਆ ਵੀ x2 1 ਇਟਸ ਹੋਲ ਸਕੁਅਰ ਮਾਈਨਸ x2 ਬਰਾਬਰ 0 ਦੇ ਇਹਨੂੰ ਖੋਲ ਦਿਓ a b2 a2 ਮਤਲਬ x ਦੀ 4 ਬਣ ਜੂਗੀ +b^2 1 ਬਣ ਜੂਗਾ 2ab ਮਤਲਬ 2abx^2 x^2 0 ਦੇ ਤਾਂ x^2 2x ਚੋਂ 1x ਕੱਢ ਦਾਂਗੇ ਤਾਂ ਇਹ x^2 ਬਣ ਜੂਗਾ 1 0 ਦੇ ਠੀਕ ਹੈ ਅਗਰ ਤੁਸੀਂ ਇਸ ਦਾ ਡਿਸਕ੍ਰਿਮੀਨੈਂਟ ਕੱਢ ਕੇ ਵੇਖੋਗੇ ਇਹ ਆਪਾਂ 1 ਲੈ ਲਈਏ ਆਪਾਂ ਸਮੀਕਰਨ ਨੂੰ x^2 ਚ ਮੰਨ ਲੀਏ ਜੇ ਠੀਕ ਹੈ x ਦੀ ਫੋਰ ਨੂੰ ਕੀ ਲਿਗਾਗੇ x^2 its whole square ਕਲੀਅਰ ਤਾਂ ਅਗਰ ਅਸੀਂ ਦਾ ਡਿਸਕ੍ਰਿਮੀਨੈਂਟ ਕੱਢ ਕੇ ਦੇਖੀਏ ਇੱਥੋਂ ਇਹ ਸਾਡਾ a 1 ਹੈ b ਵੀ 1 ਹੈ c ਵੀ 1 ਹੈ ਡਿਸਕ੍ਰਿਮੀਨੈਂਟ ਕੱਢੀਏ b² 4ac 1 4 ਯਾਨੀ ਕਿ -3 ਜਿਹੜਾ ਕਿ 0 ਤੋਂ ਛੋਟਾ ਹੈ ਠੀਕ ਹੈ ਜੇ ਡਿਸਕ੍ਰਿਮੀਨੈਂਟ 0 ਤੋਂ ਛੋਟਾ ਹੋ ਜਾਂਦਾ ਤਾਂ ਮੂਲ ਵਾਸਤਵਿਕ ਨਹੀਂ ਹੁੰਦੇ ਤਾਂ ਇਸ ਸਮੀਕਰਨ ਦਾ ਕੋਈ ਵੀ ਮੂਲ ਵਾਸਤਵਿਕ ਨਹੀਂ ਹੈਗਾ ਕੋਈ ਵਾਸਤਵਿਕ ਮੂਲ ਨਹੀਂ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਕਥਨਾਂ ਨੂੰ ਪੜੋਗੇ ਨੇ ਹਰੇਕ 2 ਘਾਤੀ ਬਹੁਪਾਦ ਦਾ ਸਿਰਫ ਇੱਕ ਮੂਲ ਹੁੰਦਾ ਹੈ ਹਰੇਕ 2 ਘਾਤੀ ਬਹੁਪਾਦ ਦੇ ਵੱਤਵਤ 2 ਮੂਲ ਹੁੰਦੇ ਨੇ ਜਿਹੜਾ 2 ਘਾਤੀ ਬਹੁਪਾਦਾ ਉਸ ਦੇ ਵੱਤਵਤ 2 ਮੂਲ ਹੁੰਦੇ ਹਨ ਦੂਸਰਾ ਕਥਨ ਜਿਹੜਾ ਉਹ ਸਹੀ ਹੈ ਸਿਰਫ ਕਥਨ 2 ਸਹੀ ਹੈ ਅੰਕਣਿਤ ਗਲੜੀ ਦਾ ਕਿਰਮਾ ਪਦ ਹੈ ਕਿੰਨਾ ਹੈ ਸਾਡੇ ਕੋਲ -5 ਹੈ D ਕਿੰਨਾ ਵੀ 5/2 ਹੈ 11ਵਾਂ ਪਦ ਮਤਲਬ 1 ਘਟ ਕੇ d a 10d ਭਰ ਦੋ -5 10 d ਸਾਡੇ ਕੋਲ ਕਿੰਨਾ 5/2 ਤਾਂ 5 5 5 2 10 ਸੋਰੀ ਅੱਗੇ ਹੱਲ ਕਰਾਂਗੇ ਦਾ 5 5 5 ਕਿੰਨੇ ਹੋ ਜਾਣਗੇ 25 ਦੇ 25 ਦਾ 5 ਦੇ 25 ਮਤਲਬ 20 ਠੀਕ ਹੈ ਇਸ ਅਨੰਤ ਲੜੀ ਦਾ 11ਵਾਂ ਪਦ 20 ਹੈ ਦੂਸਰੀ ਆਪਸ਼ਨ ਸਹੀ ਆ ਜੂਗੀ ਤਿੱਤੀ ਕੀ ਅਨੰਤਕ ਲੜੀ ਦੇ ਪਹਿਲੇ n ਪਦਾਂ ਦਾ ਜੋੜਫਲ ਪਤਾ ਕਰੋ ਤਾਂ ਕਿਰਤਕ ਗੱਲੜੀ ਸਾਡੀ ਹੈਗੀ 4 1 n ਠੀਕ ਹੈ ਵਿਚਾਲੇ ਪਲੱਸ 4 2 n ਠੀਕ ਹੈ ਅੱਗੇ ਚੱਲ ਰਹੀ ਹੈ ਤਾਂ ਅਗਰ ਅਸੀਂ ਇਹਦੇ ਵਿੱਚੋਂ ਲਿਖੀਏ ਥੋੜਾ ਜਾ ਤਾਂ 4 1 n ਨੂੰ ਬਾਹਰ ਕੱਢ ਲਓ ਠੀਕ ਹੈ ਇਹ ਬਣ ਜੂ 1 2 3 ਅਪ ਟੂ n ਟਰਮਸ ਠੀਕ ਹੈ ਹੁਣ ਅਸੀਂ ਇਹਦਾ ਜੋੜ ਫਲ ਪਤਾ ਕਰਨਾ ਤਾਂ ਚਾਰ ਵਾਰੀ ਵਾਰੀ ਆਊ ਐਨ ਟਾਈਮ ਆਊਗਾ ਤਾਂ ਚਾਰ ਐਨ ਲਿਖਾਂਗੇ ਇਹਨੂੰ ਠੀਕ ਹੈ ਤਾਂ 1/n ਆ ਜਿਹੜਾ ਰਕਮ ਬਣ ਗਈ 1+2+3 ਅਪ ਟੂ n ਪਹਿਲੀਆਂ ਐਨ ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਫਲ ਉਹ ਹੁੰਦਾ n n+1/2 ਇਹ ਫਾਰਮੂਲਾ ਹੁੰਦਾ ਤਾਂ n ਨਾਲ ਇਹਨੂੰ ਕੈਨਸਲ 4n n 1/2 ਤਾਂ ਦੋ ਲਘੁਤਮ ਜਿਹਾ ਸੀ ਲੈ ਲਿਆ ਨੀਚੇ ਤਾਂ ਦੋ ਇਹਦੇ ਨਾਲ ਗੁਣਾ ਹੋ ਜੂ ਮਤਲਬ 8n n 1 8n ਜੋ n ਕੱਢਾਂਗੇ 7n ਬਣ ਜੂਗਾ 7n 1/2 ਠੀਕ ਹੈ ਇਹ ਸਦਾ ਇਸ ਅਨਕੰਨਤ ਗਲੜੀ ਦੇ ਪਹਿਲੇ n ਪਦਾਂ ਦਾ ਜੋੜ ਫਲ ਕੰਨਾ ਆ ਜੂਗਾ 7n 1/2 ਜਾਂ ਫਿਰ ਤੁਸੀਂ a ਕੱਢ ਲਓ ਪਤਾ ਹੀ ਸਾਨੂੰ ਕਿੰਨਾ ਹੈ ਠੀਕ ਹੈ d ਕੱਢ ਲਓ ए आ गया जिमें चार वन माइनस एन ठीक है डी भी आजूगा माइनस वन वाई एन ठीक है एन भी थोड़ा पता है एन ही है तो फॉर्मूला लाओ एस एन बराबर एन बटा दो दो ए प्लस एन माइनस एक डी उस फार्मूले भी यही उत्तर कटोगे सत एन माइनस एक बटा दो दूसरी ऑप्शन साई आएगी क्लीयर नैक्सट है 100 ਅਤੇ 200 ਦੇ ਵਿਚਕਾਰ ਨੌ ਨਾਲ ਭਾਗਯੋਗ ਹੋਣ ਵਾਲੀਆਂ ਸੰਖਿਆਵਾਂ ਦਾ ਜੋੜ ਕਿੰਨਾ ਹੋਏਗਾ ਠੀਕ ਹੈ ਨੌ ਨਾਲ ਜਿਹੜੀ 100 ਤੇ 200 ਦੇ ਵਿਚਕਾਰ ਆਪਾਂ ਕਹਿ ਲਈਏ ਸੰਖਿਆ ਕਲੀਅਰ ਤਾਂ ਉਹਦੇ ਵਿੱਚ ਜਿਹੜੀ ਪਹਿਲੀ ਸੰਖਿਆ ਜਿਹੜੀ ਉਹ ਨੌ ਨਾਲ ਵੰਡੀ ਚਾਹੀਗੀ ਆਪਾਂ ਨੂੰ ਪਤਾ ਵੀ 11 ਨਾਲ 99 ਹੁੰਦੇ ਆ ਛੋਟਾ ਰਹਿ ਗਿਆ ਆਪਾਂ ਤਾਂ 12 ਨਾਲ ਆਇਆ 108 ਹੁੰਦੇ ਆ ਤੇ ਜਿਹੜੀ ਪਹਿਲੀ ਸੰਖਿਆ ਵੰਡੀ ਜਾਊਗੀ ਨੌ ਨਾਲ ਉਹ 108 ਹੋਊਗੀ ਫਿਰ ਨੌ-ਨੌ ਦੇ ਫਰਕ ਨਾਲ ਫਿਰ 117 ਅਪ ਟੂ ਹੁਣ 200 ਤੱਕ ਜਿਹੜੀ ਲਾਸਟ ਸੰਖਿਆ ਇਸ ਨਾਲ ਵੰਡੀ ਜਾਏਗੀ ਉਹ ਹੋਊਗੀ 198 ਠੀਕ ਹੈ ਹੁਣ ਅਸੀਂ n ਪਤਾ ਕਰੀਏ ਪਹਿਲਾਂ ਤਾਂ ਇਸ ਫਾਰਮੂਲੇ ਤੋਂ ਵੀ ਕਿੰਨੀਆਂ ਸੰਖਿਆਵਾਂ ਨੇ a n 1 d ਤਾਂ ਇਸ ਫਾਰਮੂਲੇ ਤੋਂ ਪਹਿਲਾਂ ਅਸੀਂ n ਪਤਾ ਕਰਾਂਗੇ ਠੀਕ ਹੈ ਤਾਂ an ਸਾਡੇ ਕੋਲ 198 ਆ a ਸਾਡੇ ਕੋਲ 108 n 1 d d ਸਾਡੇ ਕੋਲ ਕਿੰਨਾ ਵੀ 9 ਤਾਂ ਇਹਨੂੰ ਮੈਂ ਸਿੱਧਾ ਹੀ ਲਿਖ ਲਵਾਂ 9n 9 108 ਦੇ ਵਿੱਚੋਂ ਸੀ ਜੇ 9 ਕੱਢ ਦਈਏ ਤਾਂ ਉਹ ਰਹਿ ਜਾਊਗਾ ਸਾਡਾ 99 ਠੀਕ ਹੈ 99 ਉਧਰ ਜਾ ਕੇ ਮਾਈਨਸ ਹੋ ਜਾਊ 198 ਦੇ ਵਿੱਚੋਂ 99 ਮਾਈਨਸ ਕਰ ਦਾਂਗੇ 198 ਚੋਂ 99 ਮਾਈਨਸ ਕਰੀਏ ਤਾਂ 99 ਹੀ ਰਹਿ ਜਾਊਗਾ ਤਾਂ ਐਨ ਆ ਕੱਢੀਏ ਜੇ ਅਸੀਂ 99 ਵਟਾ 9 ਯਾਨੀ ਕਿ 11 ਇਹ ਸੰਕਿੰਨਤਕ ਲੜੀ ਦੇ ਲਈ ਐਨ ਕਿੰਨਾ ਹੈ है। लिख रहे हैं। मैं 108, गया, 11 ਠੀਕ ਹੈ ਦੁਬਾਰੇ ਫੇਰ ਲਿਖ ਰਿਹਾ ਮੈਂ 108 117 ਅਪ ਟੂ 198 ਤੱਕ n ਕਿੰਨਾ ਆ ਗਿਆ 11 ਲਾ ਦੋ ਫਾਰਮੂਲਾ ਵੀ ਜੋੜ ਫਾਲ ਪਤਾ ਕਰਨ ਦਾ n 2 a l l ਮਤਲਬ ਲਾਸਟ n ਕਿੰਨਾ ਆ ਗਿਆ 11 11 2 a ਕਿੰਨਾ ਆਇਆ 108 ਲਾਸਟ ਟਰਮ ਕਿੰਨੀਆਂ ਦੀ 198 ਅੱਗੇ 11 2 ਗੁਣਾ 108 ਤੇ 198 ਦਾ ਕਰ ਦੋ ਜੋੜ ਠੀਕ ਹੈ ਉਹ ਬਣ ਜੂਗਾ 306 306 ਨੂੰ ਆਪਾਂ 2 ਤੇ ਕਰ ਦਈਏ ਭਾਗ ਇਹ ਬਣ ਜੂਗਾ 153 153 ਨੂੰ 11 ਨਾਲ ਕਰੋ ਮਲਟੀਪਲਾਈ ਠੀਕ ਹੈ 11 ਨਾਲ ਗੁਣਾ ਕਰਨ ਤੇ ਆਪਣੇ ਕੋਲ ਬਣ ਜੂਗਾ 1683 ਠੀਕ ਹੈ 100 ਤੇ 200 ਦੇ ਵਿਚਕਾਰ ਨੌ ਨਾਂ ਭਾਗਯਕ ਸੰਖਿਆਵਾਂ ਨੇ ਉਹਨਾਂ ਦਾ ਜੋੜ ਕਰਨਾ ਹੋਊਗਾ 1683 ਪਹਿਲੀ ਆਪਸ਼ਨ ਸਹੀ ਹੋਊਗੀ ਨੈਕਸਟ ਕੁਐਸਚਨ ਹੈ ਵੀ ਤ੍ਰਿਭੁਜ PQR ਦੀ ਭੁਜਾ PQ ਤੇ ਇੱਕ ਬਿੰਦੂ S ਇਸ ਤਰ੍ਹਾਂ ਸਥਿਤ ਹੈ ਕਿ PS QS RS ਹੈ होगा थोड़ा ज समझने वाला क्वेश्चन है पी क्यू आर इत एक बिंदु एस है ठीक है आप पी एस बराबर है क्यू एस बराबर है आर एस अगर ये बराबर नहीं ਠੀਕ ਹੈ ਤਾਂ ਬਰਾਬਰ ਭੁਜਾਵਾਂ ਦੇ ਬਰਾਬਰ ਕੋਣ ਜਿਹੜੇ ਸਾਹਮਣੇ ਵਾਲੇ ਕੋਣ ਉਹ ਵੀ ਬਰਾਬਰ ਹੋਣਗੇ ਠੀਕ ਹੈ ਆ ਵੀ ਦੋਨੋਂ ਬਰਾਬਰ ਨੇ ਮਤਲਬ ਆ ਕੋਣ ਵੀ ਦੋਨੋਂ ਬਰਾਬਰ ਹੋ ਕਲੀਅਰ ਆ ਉਹਨੂੰ ਆਪਾਂ ਲੈ ਲੈਨੇ ਆ ਮੰਨ ਲਓ a ਲੈ ਲਿਆ ਇਹ ਬਰਾਬਰ ਕੋਣ ਜਿਹੜਾ a ਹੈ ਠੀਕ ਹੈ ਜੇ ਅਸੀਂ ਆਹਾ ਵਾਲਾ ਕੋਣ ਕੱਢੀਏ ਕੋਣ 1 ਕੋਣ 2 ਕੋਣ 1 ਕੱਢੀਏ ਉਹ ਕਿੰਨਾ ਆਊਗਾ ਵੀ 180 ਦੇ ਵਿੱਚੋਂ ਆਹ ਦੋਨੇ ਕੋਣ a a ਨੇ ਆ ਵੀ a ਆ ਵੀ a ਠੀਕ ਹੈ ਸਾਰੇ a ਨੇ 180 2a ਬਣੂਗਾ 180 ਚੋ ਦੋਵਾਂ ਦਾ ਜਿਹੜੇ ਬਰਾਬਰ ਕੋਣ ਨੇ ਉਹਨਾਂ ਦਾ ਜੋੜ ਵਿੱਚੋਂ ਘਟਜੂਗਾ ਕੋਣ ਦੋ ਵੀ ਕਿੰਨਾ ਬਣੂਗਾ ਉਨਾ ਹੀ ਬਣੂ 180 2a ਕਲੀਅਰ ਕੋਣ ਇੱਕ ਵੀ ਉਨਾ ਬਣੂ ਕੋਣ ਦੋ ਵੀ ਇੱਥੋਂ ਕੀ ਬਦਲਦਾ ਵੀ ਕੋਣ ਇੱਕ ਬਰਾਬਰ ਕੋਣ ਦੋ ਠੀਕ ਹੈ ਇੱਥੋਂ ਕੀ ਬਦਲਦਾ ਵੀ ਕੋਣ ਇੱਕ ਕੋਣ ਦੋ ਦੇ ਬਰਾਬਰ ਹੈ ਠੀਕ ਹੈ ਪਰ ਕੋਣ ਇੱਕ ਤੇ ਕੋਣ ਦੋ ਰੇਖੀ ਜੋੜਾ ਬਣਾ ਰਹੇ ਆਪਾਂ ਨੂੰ ਇੱਥੋਂ ਕਲੀਅਰ ਕਟ ਪਤਾ ਲੱਗ ਰਿਹਾ ਹੈ ਮਤਲਬ ਉਹਨਾਂ ਦਾ ਜੋੜ 180 ਹੋਊ ਪਰ ਉਹ ਬਰਾਬਰ ਨੇ ਉਹਨਾਂ ਦਾ ਜੋੜ 180 ਮਤਲਬ ਕੋਣ 1 ਬਰਾਬਰ ਕੋਣ 2 ਬਰਾਬਰ 90 ਡਿਗਰੀ ਕੋਣ 1 ਵੀ 90 ਡਿਗਰੀ ਆ ਕੋਣ 2 ਵੀ ਆਗਰ ਇਹ 90 ਡਿਗਰੀ ਆ ਤਾਂ ਜਿਹੜੇ A ਵਾਲੇ ਕੋਣ ਨੇ ਜਿਹੜਾ A ਅਸੀਂ ਕਹਿ ਰਹੇ ਆ ਉਹ ਕਿੰਨੇ ਡਿਗਰੀ ਦਾ ਕੋਣ ਹੈ 45 ਡਿਗਰੀ ਦਾ ਠੀਕ ਹੈ ਤਾਂ ਆ A ਵੀ 45 ਆ ਵੀ 45 ਮਤਲਬ ਜਿਹੜਾ R ਕੋਣ ਹੈ 45 ਦੇ 45 ਕਿੰਨੇ ਡਿਗਰੀ ਦਾ ਕੋਣ ਆ ਉਹ 90 ਡਿਗਰੀ ਦਾ ਇਨਡਾਇਰੈਕਟਲੀ ਆਪਾਂ ਕੀ ਕਹਿਣਾ ਚਾ ਰਹੇ ਆ ਜਿਹੜੀ ਤਿਰਪੁਜ PQR ਅਸੀਂ ਕਹੀ ਹੈ ਉਹ ਇੱਕ ਸਮਕੋਣ ਤ੍ਰਿਭੁਜ ਹੈ ਜਿਸ ਲਈ ਆਰ ਤੇ ਕੋਣ 90 ਠੀਕ ਹੈ ਜੀ ਤਾਂ ਅਸੀਂ ਇੱਥੇ ਕੀ ਦੁਬਾਰਾ ਦੇਖ ਲਓ ਥੋੜਾ ਜਿਹਾ ਠੀਕ ਹੈ ਤਾਂ ਪੀ ਕਯੂ ਆਰ ਇਹ ਸਮਕੋਣ ਤ੍ਰਿਭੁਜ ਹੈ ਆਰ ਤੇ ਕੋਣ 90 ਠੀਕ ਹੈ ਤਾਂ ਇਹ ਸਮਕੋਣ ਤ੍ਰਿਭੁਜ ਹੈ ਤਾਂ ਇਹਦੇ ਲਈ ਕੀ ਹੋਊਗਾ ਪੀ ਆਰ ਸਕੁਅਰ ਪਲੱਸ ਕਯੂ ਆਰ ਸਕੁਅਰ ਬਰਾਬਰ ਪੀ ਕਯੂ ਸਕੁਅਰ ਠੀਕ ਹੈ ਬਾਕੀ ਦੀਆਂ ਦੋ ਭੁਜਾਵਾਂ ਦੇ ਜੋੜ ਕਰਨ ਦੇ ਵਰਗ ਦੇ ਜੋੜ ਦੇ ਬਰਾਬਰ ਹੋਏਗਾ ठीक है तो यह ऑप्शन आ जी सही होगी पी आर स्कर प्लस क्यू आर स्कर बराबर पी के ऊ सी ऑप्शन सही होगी ठीक है जी नैक्सट क्वेश्चन है एक समकोण तिरप का कारण पच्ची सेंटीमीटर है बाकी दया दोजाव एक भूजा दूजी नो पेंटीमीटर वोवें पंजा भजावों की लंबाई पता करो कारण आची सेंटीमीटर है भी चलो कारण पच्ची है एक भूजा दूसरी नालों ਪੰਜ ਵਾਧਾ ਜੇ ਇੱਕ ਨੂੰ ਅਸੀਂ a ਲੈ ਲਈਏ ਤਾਂ ਦੂਸਰੀ ਕਿੰਨੀ ਆ a+ 5 ਕਰਨ ਬਚੀ ਹੈ ਤਾਂ ਆਪਾਂ ਉਹੀ ਲਾਵਾਂਗੇ ਲੰਬ ਦਾ ਵਰਗ ਆਧਾਰ ਦਾ ਵਰਗ ਬਰਾਬਰ ਕਰਨ ਦਾ ਵਰਗ ਕਰਨ ਬਚੀ ਹੈ ਮਤਲਬ 625 ਹੋ ਜੂ ਇਹ ਕਲੀਅਰ ਤਾਂ a² ਇਹਨੂੰ ਖੋਲ ਦੋ ਵੀ a+b² ਚ ਤਾਂ a² b² 2ab ਯਾਨੀ ਕਿ 10a ਠੀਕ ਹੈ ਬਰਾਬਰ 625 ਦੇ 625 ਇਧਰ ਆ ਜੂਗਾ ਤਾਂ 2a² 10a 625 ਇਧਰ ਆ ਜੂ ਆ 25 ਵਿੱਚੋਂ ਮਾਈਨਸ ਹੋ ਜੂਗਾ ਇਹਨੂੰ ਲਿਖਾਂਗੇ ਅਸੀਂ 600 0 ਤੇ ਕਲੀਅਰ 2 ਨਾਲ ਭਾਗ ਕਰ ਦਈਏ ਜੇ a² 5a 300 0 ਤਾਂ ਹੁਣ ਕਿਹੜੀਆਂ ਆ ਗਿਆ 20 ਤੇ 15 20 ਦੇ ਵਿੱਚੋਂ 15 ਘਟਾਵਾਂਗੇ 5 ਆ ਜੂ 20 ਨੂੰ 15 ਨਾਲ ਗੁਣਾ ਕਰਾਂਗੇ 300 ਆ ਜੂ ਠੀਕ ਹੈ ਤਾਂ a² b ਨੂੰ ਆਪਾਂ ਵੱਡਾ ਰੱਖਾਂਗੇ VA 15A ਕਿਉਂਕਿ V ਦੇ ਵਿੱਚੋਂ 15 ਕੱਢਾਂਗੇ ਫੇਰ ਹੀ ਪੰਜ ਆਊ ਨਾ -300 0 ਦੇ A ਬਾਹਰ ਕੱਢ ਲਈਏ ਤਾਂ A V ਆਜੂਗਾ ਗੁਣਖੰਡ ਇਧਰੋਂ ਜੇ ਅਸੀਂ -15 ਬਾਹਰ ਕੱਢ ਲਈਏ ਇੱਥੇ ਵੀ A B 0 ਸਾਡਾ ਚੱਲ ਰਿਹਾ ਹੈ ਤਾਂ ਇੱਕ ਗੁਣਖੰਡ ਬਣ ਗਿਆ A 15 ਇੱਕ ਬਣ ਗਿਆ A V A, A V ਵਾਲਾ ਤਾਂ ਕੈਨਸਲ ਹੋ ਗਿਆ ਕਿਉਂਕਿ ਮਾਈਨਸ ਦਾ ਹੋ ਜੂ A ਇੱਥੋਂ A, A, B, A 15 ਤੋਂ ਕੀ ਬਣੂ A 15 ਜੇ A 15 ਵੀ ਤਾਂ ਦੂਸਰਾ 5 ਵੱਧ ਹੋਊਗਾ ਮਤਲਬ a 5 ਜਨਨ ਕਿ a 5 ਮਤਲਬ 15 5 ਕਿੰਨਾ ਹੋਊਗਾ 20 ਤਾਂ ਜਿਹੜੀਆਂ ਬਾਕੀ ਦੋ ਭਜਾਵਾਂ ਨੇ ਉਹ ਹੋਣੀਆਂ ਇੱਕ 15 ਹੋਊ ਇੱਕ 20 ਹੋ ਪਹਿਲੀ ਆਪਸ਼ਨ ਸਹੀ ਹੋਊਗਾ ਨੈਕਸਟ ਕੁਐਸਚਨ ਹੈ ਜੇਕਰ ਬਿੰਦੂਆਂ q ਤੇ r ਨੂੰ ਮਲੌਣ ਵਾਲੇ ਰੇਖਾਖੰਡ ਦਾ ਮੱਧ ਬਿੰਦੂ ਦਿੱਤਾ ਸਾਨੂੰ ਤਾਂ a ਦਾ ਮਤਲਬ ਹੈ ਮੱਧ ਬਿੰਦੂ ਹੈ ਤਾਂ ਜਿਹੜਾ ਪਹਿਲਾ ਬਿੰਦੂ ਹੈ -6 ਤੇ -2 ਦੋਨਾਂ ਦਾ ਜੋੜ ਕਰਕੇ ਐਕਸ ਵਾਲਾ ਦਾ ਜੋੜ ਕਰਕੇ ਦੋਨਾਂ ਭਾਗ ਕਰਕੇ ਪਹਿਲਾ ਬਿੰਦੂ ਬਣੂ ਮਤਲਬ a/3 ਬਣੂ ਤਾਂ ਇੱਧਰ ਬਣਾਈਏ ਜੇ ਸੀ -8/2 a/3 ਦੇ 4 ਦੁਨੀ 8 ਹੁੰਦੇ ਆ ਠੀਕ ਹੈ -4 ਹੋ ਗਿਆ a/3 -4 ਦੇ ਜਿਹੜਾ ਇਹ 3 ਉਧਰ ਜਾ ਕੇ ਭਾਗ ਚ ਹੋ ਜੂਗਾ ਸੌਰੀ ਗੁਣਾ ਚ ਹੋ ਜੂ ਤਾਂ 4 3 12 ਤਾਂ a ਜਿਹੜਾ ਉਹ ਕਿੰਨਾ ਹੋ ਜੂ 12 ਹੋ ਜਾਊਗਾ ਵੀ ਆਪਸ਼ਨ ਸਹੀ ਜੇਕਰ ਬਿੰਦੂ ਦਿੱਤੇ ਗਏ ਬਿੰਦੂਆਂ ਤੋਂ ਬਰਾਬਰ ਦੂਰੀ ਤੇ ਹੈ ਤਾਂ y ਦਾ ਮੁੱਲ ਕੀ ਹੋਏ ਤਾਂ ਅਸੀਂ ਦੂਰੀ ਸੂਤਰ ਲਾ ਦਾਂਗੇ ਵੀ ਠੀਕ ਹੈ ਪਹਿਲਾ 3 2 ਮਤਲਬ 1² ਅੱਗੇ 8 -4 ਮਤਲਬ 12 ਹੋ ਜਾਊਗਾ 12² ਠੀਕ ਹੈ ਪਹਿਲਾਂ ਇਹਨੂੰ ਮੈਂ ਹੱਲ ਕਰ ਲੈਣਾ ਫਰਵਰੀ 144 ਮਤਲਬ ਇਹ ਬਣ ਗਿਆ ਵਰਗਮੂਲ 144 ਠੀਕ ਹੈ ਦੂਸਰੇ ਪਾਸੇ ਵਾਲਾ ਕਿੰਨਾ ਬਣੂਗਾ -10 ਦੇ ਵਿੱਚੋਂ ਆਪਾਂ 2 ਘਟਾਵਾਂਗੇ ਤਾਂ -12 ਬਣ ਜਾਊਗਾ ਬਾਈ ਦੇ ਵਿੱਚੋਂ ਆਪਾਂ 4 -4 ਘਟਾਵਾਂਗੇ ਤਾਂ +4 ਹੀ ਬਣ ਠੀਕ ਹੈ ਇਹ ਬਣ ਜਾਊਗਾ 144 y 4² ਹੁਣ ਇਹ ਬਰਾਬਰ ਦੂਰੀ ਤੇ ਨੇ ਦੋਵੇਂ ਮਤਲਬ ਆਹਾ ਇਹ ਦੇ ਬਰਾਬਰ ਆ ਦੋਨਾਂ ਨੂੰ ਬਰਾਬਰ ਰੱਖ ਦਿੰਨੇ ਆ ਠੀਕ ਹੈ ਇਹਨੂੰ ਨੋਟ ਕਰ ਲਓ ਮਤਲਬ 144 y 4² 145 ਦੇ ਆਪਾਂ ਦੋਨੇ ਪਾਸੇ ਸਕੁਅਰ ਕਰਤਾ ਵੀ ਵਰਗਮੂਲ ਕੈਨਸਲ ਹੋ ਗਿਆ ਦੋਨੇ ਪਾਸੇ ਵਰਗ ਕਰਤਾ ਵਰਗਮੂਲ ਕੈਨਸਲ ਤਾਂ ਜਿਹੜਾ 144 ਆ ਉਧਰ ਜਾ ਕੇ ਕੀ ਹੋ ਜੂਗਾ ਮਾਈਨਸ ਤਾਂ 144 ਇੱਧਰ ਜਾ ਕੇ ਮਾਈਨਸ ਦਾ ਹੋ ਜੂ ਮਤਲਬ 145 ਜੁ 144 ਘਟਾਵਾਂਗੇ 1 ਰਹਿ ਜੂਗਾ ਹੁਣ y 4² 1 ਦੇ ਇਹਦਾ ਮਤਲਬ ਕੀ ਹੈ y 4 1 ਦੇ ਜੇ ਅਸੀਂ y 4 ਨੂੰ 1 ਦੇ ਬਰਾਬਰ ਰੱਖਦੇ ਹਾਂ ਤਾਂ y ਸਾਡੀ ਆਉਂਦੀ ਹੈ 3 ਦੇ ਜੇ ਅਸੀਂ y 4 ਨੂੰ 1 ਦੇ ਬਰਾਬਰ ਰੱਖਦੇ ਹਾਂ ਤਾਂ ਇੱਥੋਂ ਸਾਡੀ ਜਿਹੜੀ y ਆਉਂਦੀ ਹੈ ਉਹ 5 ਆਉਂਦੀ ਹੈ ਠੀਕ ਹੈ ਤਾਂ y 3 ਵੀ ਹੋ ਸਕਦੀ ਹੈ y ਫੰਜੀ ਵੀ ਹੋ ਸਕਦੀ ਹੈ ਦੂਸਰੀ অপਸ਼ਨ ਇਹਦੇ ਲਈ ਸਹੀ ਹੋਊਗੀ ਨੈਕਸਟ ਹੈ ਟ੍ਰਿਗਨੋਮੈਟਰੀ ਚ ਮੂਲ ਪਤਾ ਕਰੋ ਵੀ ਚਲੋ sin (4x cos 4x 1) ਕੋਸੀਕੈਂਟ ਵਾਲਾ ਆਪਾਂ ਬਾਅਦ ਚ ਕਰਦੇ ਆਂ ਪਹਿਲਾਂ ਭਾਈ ਇਹਨੂੰ ਹੱਲ ਕਰ ਲਈਏ ਤਾਂ ਇਹਨੂੰ ਆਪਾਂ a ਦੀ 2 b ਦੀ 2 ਚ ਲਿਖਣ ਦੀ ਕੋਸ਼ਿਸ਼ ਕਰਦੇ ਆਂ sin²x its whole² cos²x its whole² मतलब स्केयर के उपर स्केयर लाता अपना फर्क कोई नहीं पैदा ये प्लस एक चल रहा है चलो ए दी दो माइनस बी दी दो मतलब ए की दो माइनस बी दी दो मतलब ए प्लस बी ठीक है ए माइनस बी एक बारी प्लस लिखा एक बारी माइनस स्ेयर एक्स माइनस कोस स्केर एक्स प्लस एक प्लस एक इन चल रहा है सैंस स्ेयर एक्स प्लस कोसकेयर एकद मुल कि खत्म ही हो गया एक हो गया ठीक है अपने को बच की गया सैंस स्ेयर एक्स माइनस कोस स्केर एक्स प्लस एक अपने को बच गया ठीक है सैंस स्ेयर एक्स माइनस कोस स्केर एक्स बराबर प्लस एक प्लस एक, आ, एक।, एक कर दिए कि बनगा सकेयर एक्स प्लस कोसकेयर एक्स सैंस स्केयर एक्स माइनस कोसकेयर एक्स प्लस एक की वैल्यू वोट कर दो साइन्स कि होंंस स्केर एक्स प्लस कोस स्केयर एक्स कॉस स्केयर एक्स माइनस का को स्केयर एक्स प्लस का कैंसल मतलब की बच गया दो सैन स्केयर एक्स दो बार हो ना एक्स एक बार आ हो गया एक बार एक बार एक बार ये मतलब दो बारी एक्स ਮਤਲਬ ਕੋਲਮ ਲਾ ਕੇ ਇਹਨੂੰ ਹੱਲ ਕਰਕੇ ਅਸੀਂ ਕੀ ਕੱਢਿਆ 2 sin²x ਚਲੋ 2 sin²x ਇਹਦੇ ਨਾਲ ਕੀ ਆ ਵੀ ਕੋਸੈਕੈਂਟ²x ਹੁਣ ਆਪਾਂ ਨੂੰ ਪਤਾ ਵੀ ਸਾਈਨ ਤੇ ਕੋਸੈਕੈਂਟ ਇੱਕ ਦੂਜੇ ਦੇ ਉਲਟ ਹੁੰਦੇ ਆ ਤਾਂ ਇਹਨਾਂ ਦਾ ਉੱਤਰ ਕਿੰਨਾ ਆਜੂ 1 ਹਨ ਮਤਲਬ ਜਾਂ ਅਸੀਂ ਕਰਕੇ ਦਿਖਾ ਦਿੰਨੇ ਆ sin²x ਕੋਸੈਕੈਂਟ ਆਫ ਸਾਈਨ ਦਾ ਉਲਟ ਹੁੰਦਾ ਇਹਨੂੰ ਕੀ ਲਿਖ ਸਕਦੇ ਆ 1/ sin²x sin²x ਸਾਈਨਸ ਉਹ ਕੈਨਸਲ ਦੋਨ ਇਕ ਨਾ ਕਰਾਂਗੇ 2 ਅਹ ਜਿਹੜਾ ਅਨਸਰ ਆਊਗਾ ਨਾ ਉਹ ਸਾਡੇ ਕੋਲ 2 ਆਜੂਗਾ। ਦੂਸਰੀ অপਸ਼ਨ ਸਹੀ ਆਜੂਗੀ ਵੀ। ਜੇਕਰ tan a 3/4 ਹੋਵੇ ਤਾਂ sin a cos a ਕਿੰਨਾ ਹੋ। ਮੈਂ ਵਾਰ-ਵਾਰ ਤੁਹਾਨੂੰ ਤ੍ਰਿਪੁਜ ਬਣਾ ਕੇ ਨਹੀਂ ਦਿਖਾਊਗਾ। ਸਿੱਧਾ ਹੀ ਤੁਹਾਨੂੰ ਮੈਂ ਦੱਸਦਾ ਜੇ tan a 3/4 ਤਾਂ sin a ਕਰਨ ਜਿਹੜੀ ਉਹ ਆਪਣੇ ਕੋਲੇ 5 ਆਜੂ। sin ਲੰਬਾ ਕਰਨ 3/5 cos ਆ ਜਿਹੜਾ ਉਹ ਬਣੂਗਾ 4/5 ਆਧਾਰ ਕਰਨ ਹਨਾ। ਠੀਕ ਐ। ਕਲੀਅਰ ਤਾਂ sin a cos a ਮਤਲਬ ਇਹਨਾਂ ਦੋਵਾਂ ਦੀ ਗੁਣਾ sin a cos a ਦੋਵਾਂ ਦੀ ਗੁਣਾ 3/5 4/5 3 4 12 5 5 25 ਇਹਨਾਂ ਉੱਤਰ 12/25 ਸੀ অপਸ਼ਨ ਜੇਕਰ ਦਿੱਤੇ ਗਏ ਚਿੱਤਰ ਵਿੱਚ ਕੋਣ aob 125 ਹੈ ਤਾਂ ਕੋਣ cod ਕਿੰਨਾ ਹੋਏਗਾ 180 ਜੋ ਘਟਾ ਦਾਂਗੇ ਕਿਉਂਕਿ ਇਹਨਾਂ ਦੋਹਾਂ ਕੋਣਾਂ ਦਾ ਜੋੜ ਆ ਜਿਹੜਾ ਉਹ 180 ਦਾ ਇਹ ਦੋਨੇ ਕੋਣ ਇੱਕ ਦੂਜੇ ਦੇ ਸੰਪੂਰਕ ਹੁੰਦੇ ਆ ਵੀ ਘਟਾ ਦਿਓ 10 ਚੋਂ 5 ਕੱਢਾਂਗੇ 5 ਆ ਜਾਊਗਾ ਇੱਥੇ 7 ਰਹਿ ਗਿਆ ਸਾਡਾ 7 ਚੋਂ 2 ਕੱਢਾਂਗੇ ਕਿੰਨਾ ਆ ਜਾਊਗਾ 5 ਤਾਂ ਇਹ ਜਿਹੜਾ ਕੋਣ ਹੈ ਉਹ ਕਿੰਨੇ ਡਿਗਰੀ ਦਾ ਕੋਣ ਬਣੂਗਾ 54 ਡਿਗਰੀ ਡੀ ਆਪਸ਼ਨ ਸਹੀ ਹੋਊਗੀ ਇਸ ਮਾਸ ਰਖਾਵਾ ਦਾ ਜੋੜਾ ਇਸ ਤਰ੍ਹਾਂ ਖਿੱਚਿਆ ਗਿਆ ਹੈ ਇਹਨਾਂ ਦੇ ਵਿਚਕਾਰ ਦਾ ਕੋਣ 60 ਡਿਗਰੀ ਬਣਦਾ ਤਾਂ ਸ਼ਵਾਰਸ਼ ਬਿੰਦੂਆਂ ਤੋਂ ਖਿੱਚੇ ਗਏ ਅਰਧ ਵਿਆਸਾਂ ਵਿਚਕਾਰ ਦਾ ਕੋਣ ਕਿੰਨਾ ਬਣੇਗਾ 100 ਵੀ ਹਨ ਤਾਂ ਸਿੰਪਲੀ ਹੈ ਤਾਂ ਚੱਕਰ ਹੈ ਇਹ ਇਸ ਪਾਸੇ ਰਘਾਮਾ ਗ ਲਈ ਇਹਨਾਂ ਦੇ ਅਰਧ ਵਿਆਸ ਜੇ ਆਹ ਕੋਣ 60 ਡਿਗਰੀ ਹੈ ਤਾਂ ਇਸ ਪਾਸੇ ਰਘਾਮਾ ਦੇ ਵਿਚਕਾਰ ਲਾਗੋਨ ਅਰਧ ਵਿਆਸ ਨੂੰ ਬਣੂਗਾ ਜਿਹੜਾ ਉਹ ਕਿੰਨੇ ਦਾ ਬਣੂਗਾ 100 20 ਦਾ ਬਣੂਗਾ ਲਾਸਟ ਆਪਸ਼ਨ ਸਹੀ ਆ ਜੂਗੀ 36 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦੇ ਕਰਦੇ ਵਿਅਸੀ ਖਣ ਦਾ ਖੇਤਰਫਲ 54 ਪਾਈ ਵਰਗ ਸੈਂਟੀਮੀਟਰ ਹੈ ਸੰਗਤਜਾਬ ਦੀ ਲੰਬਾਈ ਹੁੰਦਾ ਕਿ ਦੇ ਬਰਾਬਰ ਹੈ ਵੀ θ/360 πr² ਕਿੰਨਾ ਦਿੱਤਾ ਸਾਨੂੰ 54π π ਨਾਲ π ਕੈਨਸਲ θ ਸੀ ਪਤਾ ਕਰਨਾ ਬਾਕੀ ਸਾਰਾ ਪਰਲੇ ਪਾਸੇ 54 360 r² r ਸਾਨੂੰ ਕਿੰਨਾ ਦਿੱਤਾ ਹੈ 36 ਤਾਂ ਪਹਿਲਾ 36 ਦਾ ਆ 360 ਹੋਣਗੇ 18 2 36 8 7 56 2 3 6 5 2 10 ਜੇ ਗੁਣਾ ਕਰੀਏ ਤਾਂ 15 θ ਕਿੰਨਾ ਆ ਗਿਆ 15° ਚਾਪ ਦੀ ਲੰਬਾਈ θ 360 2πr ਭਰ ਦੋ θ 15 ਆ ਗਿਆ 15 360 2 πr ਕਿੰਨਾ ਸਾਡਾ 36 ਠੀਕ ਹੈ ਤਾਂ 36 ਗੁਣ 36 36 ਦਾ ਆਇਆ ਹੋ ਗਿਆ 5 ਦੋਣੀ 10 5 3 15 ਦੋ ਨਾਲ ਦੋ ਕੱਟਿਆ ਜਾਊ ਤਾਂ ਕੋਲ ਮਿਲਾ ਕੇ ਆਪਣੇ ਕੋਲ ਕੀ ਬਚਦਾ 3π ਜੇਕਰ 3 ਵਜ ਗਿਆ 1/2 ਵਜ ਗਿਆ ਤਾਂ 3 π ਸੈਂਟੀਮੀਟਰ ਹਾਂਜੀ ਨੈਕਸਟ ਕੁਐਸਚਨ ਹੈ ਜੇਕਰ ਬਰਾਬਰ ਅਰਧ ਵਿਆਸ r ਵਾਲੇ ਦੋ ਅਰਧ ਗੋਲਾਕਾਰ ਠੋਸ ਉਹਨਾਂ ਦੇ ਆਧਾਰਾਂ ਤੇ ਇਕੱਠੇ ਕੀਤੇ ਜਾਂਦੇ ਹਨ ਤਾਂ ਨਵੇਂ ਠੋਸ ਦੀ ਬਾਹਰ ਸਤ੍ਹਾ ਦਾ ਖੇਤਰਫਲ ਕੀ ਹੋਏਗਾ ਪਹਿਲਾਂ ਉੱਪਰ ਆ ਗਿਆ ਅੱਧਾ ਠੀਕ ਹੈ ਅੱਧਾ ਨੀਚੇ ਮਤਲਬ ਟੋਟਲ ਕੀ ਬਣ ਗਿਆ ਇਹ ਪੂਰਾ ਗੋਲਾ ਬਣ ਗਿਆ ਹੁਣ ਸਾਨੂੰ ਗੋਲੇ ਦੀ ਸਤ੍ਹਾ ਦਾ ਖੇਤਰਫਲ ਪੁੱਛ ਰਹੇ ਨੇ ਗੋਲਾ ਭਾਵੇਂ ਗੋਲੇ ਦੀ ਕੋਈ ਵਾਕਰ ਨਹੀਂ ਇਕੱਠਾ ਹੀ ਹੁੰਦਾ ਗੋਲੇ ਦੀ ਤਾਂ ਸਤ੍ਹਾ ਦਾ ਖੇਤਰਫਲ ਹੀ ਹੁੰਦਾ ਕਿੰਨੀ ਹੁੰਦੀ ਹੈ ਉਹ 4 ਪਾਈ r ਦੀ 2 ਪੂਰਾ ਗੋਲਾ ਹੀ ਬਣ ਜੂਣਾ ਇੱਕ ਤਾਂ ਇਹਦੇ ਲਈ ਸਹੀ ਆਪਸ਼ਨ ਆਊਗੀ ਪਹਿਲੀ 4 ਪਾਈ r ਦੀ 2 ਨੈਕਸਟ ਹੈ ਇੱਕ ਠੋਸ ਗੋਲਾ ਭੂਜਾ a ਵਾਲੇ ਘਣਾਕਾਰ ਬਕਸੇ ਵਿੱਚ ਪੂਰਾ ਪੂਰਾ ਆਉਂਦਾ ਵੀ ਕੋਈ ਘਣਾਕਾਰ ਬਕਸਾ ਅਸੀਂ ਕਹਿ ਲੀਏ ਉਹਦੇ ਵਿੱਚ ਗੋਲਾ ਜਿਹੜਾ ਉਹ ਪੂਰਾ ਪੂਰਾ ਆ ਰਿਹਾ ਹੈ ਠੀਕ ਹੈ ਜਿਹੜਾ ਗੋਲੇ ਦਾ ਵਿਆਸ ਆ ਉਹਦੀ ਭੂਜਾ ਬਣੂਗੀ ਮਤਲਬ 2r ਅਰਧ ਵਿਆਸ ਦਾ ਦੁੱਗਣਾ ਵਿਆਸ ਉਹ ਦੀ ਪੂਜਾ ਬਣੂਗੀ ਇਹ ਜਾਂ ਅਸੀਂ ਕਹੀਏ ਅਰਧ ਵਿਆਸ ਆਰ ਕਿੰਨਾ ਬਣੂਗਾ ਪੂਜਾ ਦਾ ਅੱਧਾ ਬਣੂਗਾ ਇਹ ਬਟਾ ਦੋ ਤਾਂ ਦਾ ਵੋਲਿਊਮ ਕੀ ਬਣੂਗਾ ਬਾਲ ਦਾ ਉਸ ਗੋਲੇ ਦਾ ਇਤਨ ਕੀ ਬਣੂ 4 ਬਟਾ 3 ਪਾਈ ਆਰ ਦੀ 3 ਬਣੂਗਾ ਤਾਂ 4 ਬਟਾ 3 ਪਾਈ ਆਰ ਦੀ 3 ਮਤਲਬ a ਬਟਾ 2 a ਬਟਾ 2 a ਬਟਾ 2 ਠੀਕ ਹੈ ਤਾਂ ਦੋ ਵਾਰੀ a 2 ਹੋਰ ਆ ਜਾਊਗਾ a इतने फिर लास्ट से ए वटा दो दूनी चार आता कैंसल ही हो गया ठीक है उपर की बच गया भी ए दी तीन है ना पाई नीचे की बच गया तीन दूनी छे एक तीन आ बच गया एक दो बच गया पाई वटा छे एन पाई वटा छे ए तीन बन जूगा वटा छे पाई ए दी एन दूसरी ऑप्शन सही आजूगी ਦਿੱਤੀ ਗਈ ਸਾਰਣੀ ਜੋ ਕਿ ਇੱਕ ਮੁਹੱਲੇ ਦੇ 25 ਪਰਿਵਾਰਾਂ ਦੇ ਭੋਜਨ ਤੇ ਰੋਜ਼ਾਨਾ ਖਰਚ ਨੂੰ ਦਰਸਾਉਂਦੀ ਹੈ ਤਾਂ ਭੋਜਨ ਤੇ ਹੋਇਆ ਜਿਹੜਾ ਰੋਜ਼ਾਨਾ ਖਰਚ ਹੈ ਉਸ ਦਾ ਮੱਧਮਾਨ ਪਤਾ ਕਰੋ ਸਿੰਪਲੀ ਹੈ ਚਲੋ ਪਹਿਲਾਂ ਅਸੀਂ ਇੱਥੇ ਐਕਸ ਆਈ ਗੱਡਾਂਗੇ ਇਹਨਾਂ ਦੇ ਵਿਚਕਾਰ ਵਾਲਾ ਨਿਕਲੂਗਾ ਜਿਹੜਾ ਇੱਥੋਂ ਸਿੱਧਾ ਹੀ ਮੈਂ ਐਕਸ ਆਈ ਲਿਖ ਰਹੇ ਹਾਂ ਠੀਕ ਹੈ ਤਾਂ ਪਹਿਲੇ ਜਿਹੜਾ ਬਣਿਆ 100 ਤੋਂ 150 ਇਹਦੇ ਲਈ ਐਕਸ ਆਈ ਕੀ ਬਣ ਜੂਗਾ 125 ਅਗਲੇ ਲਈ ਕੀ ਬਣ ਜੂ ਵੀ 175 ਉਸ ਤੋਂ ਅਗਲੇ ਲਈ 225 ਨੈਕਸਟ ਲਈ 275 ਦੋਹਾਂ ਦਾ ਜੋੜ ਕਰਕੇ ਦੋਨਾਂ ਭਾਗ ਕਰਕੇ ਅਸੀਂ ਐਕਸ ਆਈ ਕੱਢਦੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਇਹ ਬਣ ਗਿਆ ਐਕਸ ਆਈ ਐਫ ਆਈ ਸਾਨੂੰ ਦਿੱਤਾ ਹੀ ਹੋਇਆ ਕਿੰਨਾ ਦਿੱਤਾ ਹੋਇਆ ਵੀ 4 ਦਿੱਤਾ ਹੈ 5 12 2 2 ਠੀਕ ਹੈ ਤੋਂ ਬਾਅਦ ਸੇ ਤੀਜਾ ਕਾਲਮ ਕਿਹੜਾ ਕਰਦੇ ਹੁੰਦੇ ਆ ਐਫ ਆਈ ਐਕਸ ਆਈ ਕਰ ਦਿਓ 125 ਨੂੰ 4 ਨਾਲ ਗੁਣਾ ਕਰਾਂਗੇ ਤਾਂ 500 ਆ ਜੂਗਾ ਠੀਕ ਹੈ ਤਾਂ ਇੱਥੇ ਆ ਜੂਗਾ 500 ਅਗਲੇ ਨੂੰ 175 ਨੂੰ ਪੰਜ ਨਾਲ ਕਰਾਂਗੇ 875 ਆ ਜੂਗਾ ਨੈਕਸਟ ਬਾਰ ਨਾਲ ਕਰਾਂਗੇ 2700 ਠੀਕ ਹੈ ਅੱਗੇ ਦੋ ਨਾਲ ਕਰਾਂਗੇ 275 ਨੂੰ 550 ਆ ਜੂਗਾ ਅੱਗੇ 325 ਨੂੰ ਦੋ ਨਾਲ ਕਰਾਂਗੇ 650 ਅੱਗੇ ਛੇ ਮੇਸ਼ਨ ਐਫ ਆਈ ਐਕਸ ਆਈ ਇਹਨਾਂ ਦਾ ਜੋੜ ਕਰਨਾ ਸੀ ਕਿੰਨਾ ਬਣੂਗਾ ਵੀ ਨੇ ਤੁਸੀਂ ਜੋੜ ਕਰ ਸਕਦੇ ਹੋ 5275 ਬਣ ਜੂਗਾ ਠੀਕ ਹੈ ਤੇ ਐਕਸਾਈ ਦਾ ਜੋੜ ਸਾਨੂੰ ਦਿੱਤਾ ਹੀ ਹੋਇਆ ਹੈ ਕਿੰਨਾ ਦਿੱਤਾ ਹੋਇਆ ਹੈ 25 ਠੀਕ ਹੈ ਤਾਂ ਮੱਧਮਾਨ ਕੀ ਹੁੰਦਾ ਸਮੀਸ਼ਨ ਐਫ ਆਈ ਐਕਸਾਈ ਜਿਹੜਾ ਐਕਸਾਈ ਐਫ ਆਈ ਹੈ ਦਾ ਜੋੜ ਹੈ ਉਹਨੂੰ ਐਫ ਆਈ ਐਲ ਨਾਲ ਭਾਗ ਕਰੋ ਮਤਲਬ 5275 ਨੂੰ 25 ਨਾਲ ਭਾਗ ਕਰੋ 25 ਦੋਣੀ 50 2 ਬਚ ਗਏ 27 ਹੋ ਗਿਆ 25 ਇੱਕ 22 ਇਹਰ ਦੋ ਬਚ ਗਏ 25 ਇੱਕ 22 ਮਤਲਬ ਕਿੰਨਾ ਵੱਧ ਮਾਣਾ ਵੀ 200 11 ਸੈਕੰਡ ਆਪਸ਼ਨ ਸਹੀ ਆ ਜੂਗੀ ਜੇ A ਇੱਕ ਕੰਮ ਨੂੰ 8 ਦਿਨਾਂ ਵਿੱਚ B ਉਸੇ ਕੰਮ ਨੂੰ 10 ਦਿਨਾਂ ਵਿੱਚ ਪੂਰਾ ਕਰਦਾ ਦੋਵੇਂ ਮਿਲ ਕੇ ਕਿੰਨੇ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ A 8 ਦਿਨਾਂ ਵਿੱਚ ਕਰਦਾ ਹੈ ਜੇ ਅਸੀਂ ਕਹੀਏ ਇੱਕ ਦਿਨਾਂ ਵਿੱਚ A ਕਿੰਨਾ ਹਿੱਸਾ ਕੰਮ ਕਰਦਾ 1/8 ਤੇ B ਇੱਕ ਦਿਨ ਵਿੱਚ 1/10 ਤਾਂ ਦੋਵੇਂ ਮਿਲ ਕੇ ਕਿਵੇਂ ਕਰਨਗੇ ਹਿੱਸਾ ਕਿੰਨਾ ਹਿੱਸਾ ਕਰਨ ਇੱਕ ਦਿਨ ਦੇ ਵਿੱਚ ਜਿੰਨਾ A ਕਰੂਗਾ ਤੇ ਦੋਹਾਂ ਦਾ B ਕਰੂ ਮਤਲਬ 1/8 1/10 ਤੇ ਜੀ ਅਸੀਂ 40 ਲਗਤਮ ਲੈ ਲਈਏ 8 5 40 10 4 40 ਹੈ ਨਾ 1 a b ਆ ਜਿਹੜਾ ਉਹ ਕਿੰਨਾ ਆ ਜੂਗਾ 9 40 ਇੱਕ ਦਿਨ ਦੇ ਵਿੱਚ 9 40ਵਾਂ ਹਿੱਸਾ ਕੰਮ ਕਰਨਗੇ ਜਾਂ ਦੋਨੇ ਮਿਲ ਕੇ ਕਿੰਨੇ ਦਿਨਾਂ ਵਿੱਚ ਕਰਨਗੇ 40 9 ਦਿਨਾਂ ਵਿੱਚ ਇਸ ਕੰਮ ਨੂੰ ਖਤਮ ਕਰਨਗੇ ਵੀ ਲਾਸਟ ਆਪਸ਼ਨ 40 9 ਡੇਸ ਨੈਕਸਟ ਹੈ ਦਿੱਤੇ ਗਏ ਚਿੱਤਰ ਵਿੱਚ ਆਏ ਤਾਂ ਜਿਹੜਾ ਉਹ ਆਦਮੀਆਂ ਨੂੰ ਤੇਰਪੋ ਸਿੱਖਿਅਤ ਵਿਅਕਤੀਆਂ ਨੂੰ ਇੱਕ ਚੱਕਰ ਸ਼ਹਿਰੀ ਲੋਕਾਂ ਨੂੰ ਤੇ ਵਰਗ ਸਰਕਾਰੀ ਕਰਮਚਾਰੀਆਂ ਨੂੰ ਦਰਸਾਉਂਦਾ ਹੈ ਉਹ ਗਿਣਤੀ ਕਹਿੰਦਾ ਪਤਾ ਉਹ ਕਿਹੜਾ ਆਦਮੀਆਂ ਦੀ ਗਿਣਤੀ ਨੂੰ ਦਰਸਾਉਂਦਾ ਇੱਕ ਤਾਂ ਆਦਮੀ ਹੋਣ ਇੱਕ ਸਿੱਖਿਅਤ ਹੋਣ ਵੀ ਪਰ ਸ਼ਹਿਰੀ ਨਹੀਂ ਹੋਣੀ ਚਾਹੀਦੀ ਠੀਕ ਹੈ ਹੁਣ ਆਦਮੀ ਕਿਹੜੇ ਚਾਹੁੰਦੇ ਨੇ ਆਇਤ ਚ ਠੀਕ ਹੈ ਸਿੱਖਿਅਤ ਕਿਹੜੇ ਚਾਹੁੰਦੇ ਨੇ ਤੇਰਪੋਚ ਆਇਤ ਤੇ ਤੇਰਪੋਚ ਦੇ ਵਿੱਚ ਆਵੇ ਤੇ ਸ਼ੈਰੀ ਨਹੀਂ ਸ਼ੈਰੀ ਕੀ ਚਾਹੁੰਦਾ ਹੈ ਚੱਕਰ ਐ ਤੇ ਤ੍ਰਿਪੇ ਦੇ ਵਿੱਚ ਆਉਣਾ ਪਰ ਚੱਕਰ ਤੇ ਨਾ ਆਉਂਗਾ ਤਾਂ ਕਿਹੜੇ ਆ ਵੀ ਉਹ 11 ਠੀਕ ਹੈ 11 ਨਾ ਐ ਤੇ ਤ੍ਰਿਪੇ ਚਾਹੁੰਦਾ ਚੱਕਰ 'ਚ ਨਹੀਂ ਆਉਂਦਾ ਤਾਂ ਉਹ 11 ਇਹਦੇ ਲਈ ਸਹੀ ਆਪਸ਼ਨ ਕੀ ਆਊਗੀ ਲਾਸਟ 11 ਨੈਕਸਟ ਹੈ 15 ਮੈਂਬਰਾਂ ਵਾਲੇ ਇੱਕ ਗਰੁੱਪ ਦੀ ਔਸਤ ਉਮਰ 25 ਸਾਲ ਹੈ ਇਸ ਗਰੁੱਪ ਦੇ ਇੱਕ ਮੈਂਬਰ ਵਾਲਾ ਗਰੁੱਪ ਛੱਡੇ ਜਾਂਦੇ ਤੇ ਬਾਕੀ ਗਰੁੱਪ ਦੀ ਔਸਤ ਉਮਰ 1 ਸਾਲ ਵੱਧ ਜਾਂਦੀ ਹੈ ਗਰੁੱਪ ਮੈਂਬਰ ਦੇ ਛੱਡੇ ਜਾਣ ਵਾਲਾ ਜਿਹੜਾ ਛੱਡ ਕੇ ਗਿਆ ਉਹਦੀ ਉਮਰ ਪਤਾ ਕਰੋ 15 ਦੀ ਉਮਰ ਆ ਜਿਹੜੀ 15 ਮੈਂਬਰਾਂ ਦੀ ਉਮਰ ਕਿੰਨੀ ਆ ਵੀ 25 ਸਾਲ ਹੈ ਆਸਤ ਠੀਕ ਹੈ ਤਾਂ ਕੁੱਲ ਉਮਰ ਸਾਰਿਆਂ ਦੀ ਕਿੰਨੀ ਬਣੂਗੀ ਆਪਾਂ 25 ਨੂੰ ਕਿੰਨਾ ਗੁਣਾ ਕਰ ਦਾਂਗੇ 15 ਨਾਲ ਤਾਂ ਕਿੰਨੀ ਬਣੂਗੀ 25 ਨੂੰ 15 ਨਾਲ ਗੁਣਾ ਕਰਕੇ ਦੇਖੋ 15 ਪੰਜਾਂ 75 7 ਦਾ ਸਾਲ 15 ਦੋਣੀ 30 ਤੇ 7 37 375 ਬਣੂਗੀ ਠੀਕ ਹੈ 375 ਕੁੱਲ ਉਮਰ ਸਾਰਿਆਂ ਦੀ ਵਣਦੀ ਹੈ ਇੱਕ ਮੈਂਬਰ ਆ ਜਿਹੜਾ ਉਹ ਛੱਡ ਕੇ ਵਾ ਗਿਆ ਆਪਾਂ ਨੂੰ ਨਹੀਂ ਪਤਾ ਉਹਦੀ ਉਮਰ ਮੰਨ ਲਓ x ਸੀ ਟੋਟਲ ਹੁਣ ਕਿੰਨੇ ਰਹਿ ਗਏ 14 ਇੱਕ ਸਾਲ ਆ ਜਿਹੜੀ ਉਸ ਤੋਂ ਉਮਰ ਵੱਧ ਜਾਂਦੀ ਹੈ ਮਤਲਬ ਕਿੰਨੀ ਹੋ ਗਈ 26 ਤਾਂ 375 x 26 ਨੂੰ 14 ਨਾਲ ਕੀ ਕਰੋ ਗੁਣਾ ਚਲੋ 14 ਸਿੱਗਾ 84 ਠੀਕ ਹੈ 8 ਅਸਲ 14 2 28 28 8 36 10 360 ਬਣ ਗਿਆ 103 ਜਾ ਕੇ ਪਲੱਸ ਦਾ 360 ਆ 364 ਇਧਰ ਆ ਕੇ ਮਾਈਨਸ ਦਾ ਮਤਲਬ 375 ਦੇ ਵਿੱਚੋਂ 364 ਜਿਹੜੇ ਮਾਈਨਸ ਕਰ ਦੋ ਤਾਂ ਕਿੰਨਾ ਬਣ ਜੂਗਾ ਵੀ 11 ਜਿਹੜਾ ਉਹ ਛੱਡ ਕੇ ਗਿਆ ਉਸ ਦੀ ਉਮਰ ਕਿੰਨੀ ਹੈ 11 ਸਾਲ ਹੈ ਕਲੀਅਰ ਹੈ ਪਹਿਲੀ অপਸ਼ਨ ਸਹੀ ਆ ਜੂਗੀ ਦਿੱਤੀ ਗਈ ਲੜੀ ਦੀ ਅੰਕਾਂ ਤੇ ਖਾਲੀ ਸਥਾਨ ਜਿਹੜਾ ਪੰਦ ਦਿੱਤਾ ਕੀ ਆਏਗਾ 1 2 3 7 15 24 51 67 ਚਲੋ ਆਪਾਂ ਫਰਕ ਦੇਖਦੇ ਆ ਵੀ ਫੇਰ ਆਪਾਂ ਪਤਾ ਲੱਗ ਜਾਏਗਾ ਕੀ ਹੁ ਇੱਥੇ ਫਰਕ ਹੈ 1 ਦਾ ਇੱਥੇ ਫਰਕ ਹੈ 1 ਦਾ ਇੱਥੇ ਫਰਕ ਹੈ 4 ਦਾ ਅੱਗੇ ਫਰਕ ਹੈ ਵੀ 8 ਦਾ 8 ਤੇ 7 15 15 ਤੋਂ 24 ਤੱਕ ਜਿਹੜਾ ਫਰਕ ਹੈ ਉਹ ਕਿੰਨੇ ਦਾ ਹੈ 9 ਦਾ ਅੱਗੇ ਕਿੰਨੇ ਦਾ ਫਰਕ ਹੈ 27 ਦਾ ਅੱਗੇ ਕਿੰਨੇ ਦਾ ਫਰਕ ਹੈ 16 ਦਾ ਇੱਥੇ 67 ਹੈ ਸੌਰੀ ਇੱਕ ਮਿੰਟ ਇੱਥੇ 67 ਨੀ ਹੈ ਤਾਂ ਅੱਗੇ ਕਿੰਨੇ ਦਾ ਫਰਕ ਹੈ 16 ਦਾ ਚਲੋ ਹੁਣ ਆਪਾਂ ਦੇਖਦੇ ਹਾਂ ਵੀ ਕੀ ਹੈ ਇੱਥੇ ਤਾਂ 1 ਦਾ ਵਰਗ ਹੈ ਇੱਥੇ 1 ਦਾ ਕਣ ਹੈ 1 ਦਾ ਵਰਗ ਵੀ 1 ਹੀ ਹੁੰਦਾ ਇੱਥੇ 2 ਦਾ ਵਰਗ ਹੈ 2 ਦੇ ਵਰਗ ਦਾ ਫਰਕ ਹੈ ਇੱਥੇ 2 ਦੇ ਘਣ ਦਾ ਫਰਕ ਹੈ 2 3 4 2 8 ਅੱਗੇ ਇੱਥੇ 3 ਦਾ ਵਰਗ ਹੈ 9 ਇੱਥੇ 3 ਦਾ ਘਾਣਾ ਵੀ 27 ਦਾ ਫਰਕ ਹਨ ਇੱਥੇ 4 ਦੇ ਵਰਗ ਦਾ ਫਰਕ ਹੈ ਜਾਨੀ ਕਿ 16 ਦਾ ਅੱਗੇ 4 ਦੇ ਘਣ ਦਾ ਫਰਕ ਹੋਊਗਾ ਮਤਲਬ 4 4 16 4 64 64 ਦਾ ਫਰਕ ਹੋਊਗਾ ਮਤਲਬ ਆਪਾਂ ਨੂੰ 67 ਦੇ ਵਿੱਚ 64 ਹੋਰ ਜੋੜਨੇ ਪੈਣਗੇ ਮਤਲਬ ਕਿ ਆਨਸਰ ਆਊਗਾ ਅੱਗੇ 131 ਆਊਗਾ ਸੀ ਆਪਸ਼ਨ ਸਹੀ ਆ ਜੂਗਾ 131 ਨੈਕਸਟ ਇੱਕ ਵਿਅਕਤੀ ਕੁੱਲ ਦੂਰੀ ਦੀ ਅੱਧੀ ਦੂਰੀ 40 ਕਿਲੋਮੀਟਰ ਪ੍ਰਤੀ ਘੰਟੇ ਨਾਲ ਬਾਕੀ ਦੂਰੀ ਦਾ ਅੱਧਾ 20 ਕਿਲੋਮੀਟਰ ਨਾਲ ਬਾਕੀ ਦੂਰੀ 10 ਕਿਲੋਮੀਟਰ ਨਾਲ ਅਸਤ ਚਾਲ ਸੀ ਪਤਾ ਕਰਨੀ ਚਲੋ ਤਾਂ ਅੱਧੀ ਦੂਰੀ ਉਹਨੇ ਪਤਾ ਕੀਤੀ ਆਪਾਂ ਇਸ ਵਨ ਲਿਖ ਲੈਨੇ ਜਿਹੜੀ ਪਹਿਲੀ ਦੂਰੀ ਉਹਨੇ ਤੈਅ ਕੀਤੀ ਉਹ ਕੀਤੀ x/2 ਮਤਲਬ ਕੁੱਲ ਦੂਰੀ ਦਾ ਅੱਧਾ ਤਾਂ ਜਿਹੜੀ ਸਪੀਡ ਆ ਉਹਦੀ v1 ਉਹ ਕਿੰਨੀ ਰਹੀ v 40 40 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਤੇ ਜੇ ਅਸੀਂ ਇੱਥੋਂ ਟਾਈਮ ਕੱਢੀਏ T1 ਤਾਂ ਟਾਈਮ ਕਿਵੇਂ ਨਿਕਲੂਗਾ ਦੂਰੀ ਵਟਾ ਚਾਲ S ਬਰਾਬਰ VT ਹੁੰਦਾ ਠੀਕ ਹੈ ਦੂਰੀ ਬਰਾਬਰ ਚਾਲ ਗੁਣਾ ਸਮਾਂ ਹੁੰਦਾ ਤਾਂ ਇੱਥੋਂ ਜੇ ਅਸੀਂ ਟਾਈਮ ਕੱਢਣਾ ਹੋਵੇ ਉਹ S ਵਟਾ V ਬਣੂ ਮਤਲਬ X ਵਟਾ 2 ਗੁਣਾ 40 ਜਾਂ ਅਸੀਂ ਕਹਿ ਲਈਏ X ਵਟਾ 80 ਠੀਕ ਹੈ ਪਹਿਲਾ ਖਤਮ ਦੂਸਰਾ ਦੂਸਰਾ ਕਹਿੰਦਾ ਵੀ ਬਾਕੀ ਦੂਰੀ ਦਾ ਅੱਧਾ ਬਾਕੀ ਦੂਰੀ x/2 ਮਤਲਬ ਅੱਧੀ ਦੂਰੀ ਬਣ ਗਈ ਉਹਦਾ ਵੀ ਅੱਧਾ ਮਤਲਬ ਚੌਥਾ ਹਿੱਸਾ x/4 v2 ਦੂਜੇ ਲਈ ਦੂਰੀ ਤਾਂ ਚਾਲ ਕਿੰਨੀ ਲਈ ਹੋਣੀ 20 ਕਿਲੋਮੀਟਰ ਪ੍ਰਤੀ ਘੰਟਾ ਟਾਈਮ ਕਿੰਨਾ ਪਹਿਲਾ ਵਾਂਗੂੰ ਦੂਰੀ ਨਾਲ ਆਪਾਂ ਚਾਲ ਨੂੰ ਭਾਗ ਕਰ ਦਾਂਗੇ x/c ਆ ਜਾਊਗਾ ਠੀਕ ਹੈ ਉਹ ਲਾਸਟ 3 ਉਹ ਵੀ ਚੌਥਾ ਹਿੱਸਾ ਦੂਰੀ ਬਚ ਗਈ x/4 v3 ਤੀਜੇ ਵਾਸਤੇ ਦੂਰੀ 10 ਕਿਲੋਮੀਟਰ ਪ੍ਰਤੀ ਘੰਟਾ ਤਾਂ t3 ਇਹ ਇਹਨਾਂ ਦੋਵਾਂ ਦੀ ਭਾਗ ਮਤਲਬ x/40 S ਤੇ S3 ਤੇ V3 ਦੀ ਭਾਗ ਕਰਾਂਗੇ x/40 ਹੁਣ ਕੁੱਲ ਦੂਰੀ ਜਿਹੜੀ ਟੋਟਲ ਦੂਰੀ ਤਾਂ ਕੀਤੀ ਉਹ x ਕੀਤੀ ਜਿਹੜੀ ਆਪਾਂ x ਮੰਨੀ ਹੋਈ ਹੈ ਠੀਕ ਹੈ ਇਹਦਾ ਬੇਟਾ ਜਿਹੜਾ ਆਪਾਂ ਆ ਲਿਖਿਆ ਨਾ x/2 ਮਤਲਬ ਅੱਧੀ ਦੂਰੀ ਬਾਕੀ ਅੱਧੀ ਦੀ ਅੱਧੀ ਹੁਣ x/2 ਅੱਧੀ ਤਾਂ ਇੱਥੇ ਖਤਮ ਹੋ ਗਈ ਅੱਧੀ ਦੱਦੀ ਮਤਲਬ x/4 ਬਾਕੀ ਵੀ x/4 ਬਚੀ ਠੀਕ ਹੈ ਮਤਲਬ ਟੋਟਲ ਦੂਰੀ x ਬਚੀ ਠੀਕ ਹੈ ਟਾਈਮ ਪਹਿਲੇ ਵਾਸਤੇ x/80 ਮਤਲਬ ਟੋਟਲ ਦੂਰੀ ਨੂੰ 80 ਨਾਲ ਭਾਗ ਕਰਕੇ ਇੰਨਾ ਟਾਈਮ ਲੱਗਿਆ ਤੇ ਦੂਸਰੇ ਵਾਸਤੇ ਵੀ ਉਨਾ ਹੀ x/80 ਲੱਗਿਆ ਤੀਸਰੇ ਵਾਸਤੇ x/40 ਲੱਗਿਆ ਹੁਣ ਆਸਤਜਾਲਗ ਮੈਨੂੰ ਕਹ ਲੂ ਟੋਟਲ ਦੂਰੀ ਵਟਾ ਟੋਟਲ ਸਮਾਂ ਟੋਟਲ ਸਮਾਂ x/80 x/80 x/40 ਇਹਨਾਂ ਨੂੰ ਜੋੜ ਕੇ ਬਣੂਗਾ ਤਾਂ ਟੋਟਲ ਜਿਹੜੀ ਹੁਣ ਆਪਾਂ ਸਪੀਡ ਐਵਰੇਜ ਸਪੀਡ ਪਤਾ ਕਰਨੀ ਹੈ ਉਹ ਕੰਈ ਬਣੂਗੀ v ਟੋਟਲ ਦੂਰੀ x ਨੀਚੇ ਸਮਾਂ ਪਹਿਲੇ ਲਈ x/80 ਲੱਗਿਆ फिर एक्स वटा अस्सी लग्या फिर एक्स वटा चाली लगे ठीक है जी उपर एक्स है फिक्सा वो तो नीचे असी अस्सी एलसीयम लै लीए इत भी एक्स है इतने भी एक्स इतने चाली तो दो गुणा करनी पेगी उपर भी करनी पेगी ठीक है अस्सी जोड़ा नीचे आर चला जाऊगा मतलब अस्सी एक्स बन जूगा भी ठीक है ये कि बन गया एक्स से एक्स दो एक्स दो एक्स के दो एक्स चार एक्स अस्सी एक्स वटा चार एक्स एक्स नक्स कैंसल अस्सी करो चार भाग 20 ਜੋਗਾ ਸੀ ਹੁੰਦੇ ਆ ਮਤਲਬ ਜਿਹੜੀ ਐਵਰੇਜ ਸਪੀਡ ਬਣੂਗੀ ਉਹ ਬਣੂਗੀ 20 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਜੀ ਜਿਹੜੀ অপਸ਼ਨ ਦੂਸਰੀ ਨੈਕਸਟ ਚਾਰ ਸੰਖਿਆ ਜਿਹੜੇ ਫਲਕ ਤੇ ਲਿਖੀ ਹੈ ਉਸ ਦੇ ਉਲਟ ਜਿਹੜੀ ਸੰਖਿਆ ਹੋਣੀ ਹੈ ਚਲੋ ਪਹਿਲਾਂ ਦੇਖੋ ਸੰਝਾ ਕਿਹੜਾ ਦੋ ਅੰਕ 3 ਤਿੰਨ ਤੋਂ ਘਮਾਓ ਕਲਾਕਵਾਈਸ ਘੜੀ ਦੀ ਛੇ ਮਤਲਬ ਪਹਿਲੇ ਬਾਰੇ 6 ਆ ਗਿਆ ਦੂਸਰੇ ਬਾਰੇ 5 ਆ ਗਿਆ ਮਤਲਬ ਇੱਕ ਤੇ 5 ਇੱਕ ਦੂਜੇ ਦੇ ਉਲਟ ਨੇ ਫਿਰ ਅੱਗੇ 2 ਆ ਗਿਆ ਅੱਗੇ 6 ਆ ਗਿਆ ਮਤਲਬ 2 ਤੇ 6 ਵੀ ਇੱਕ ਦੇ ਉਲਟ ਨੇ ਕਿਹੜਾ ਬਚ ਗਿਆ ਵੀ 4 ਤੇ 3 4 ਤੇ 3 ਵੀ ਇੱਕ ਦੂਜੇ ਦੇ ਉਲਟ ਨਹੀਂ ਹੁਣ 4 ਦੇ ਅਪੋਜੀਟ ਪੁੱਛਿਆ ਤਾਂ ਕੀ ਆਊਗਾ 3 ਆਊਗਾ ਕਿਹੜੀ ਆਪਸ਼ਨ ਪਹਿਲੀ ਹਾਂਜੀ ਨੈਕਸਟ ਕੁਐਸਚਨ ਸਾਡਾ ਲਾਸਟ ਅਵਤਾਰ ਤੇ ਗੌਰਵ ਦੀਆਂ ਵਰਤਮਾਨ ਉਮਰਾਂ ਦਾ ਜੋੜ ਕਿੰਨਾ ਹੈ 70 A G 70 ਅੱਗੇ ਅਵਤਾਰ ਹਰਿੰਦਰ ਤੋਂ 4 ਸਾਲ ਵੱਡਾ ਹੈ ਅਵਤਾਰ ਆ ਜਿਹੜਾ ਹਰਿੰਦਰ ਤੋਂ 4 ਸਾਲ ਵੱਡਾ 4 ਜੋੜ ਤੇ ਕਲੀਅਰ ਗੌਰਵ ਤੇ ਹਰਿੰਦਰ ਦੀਆਂ ਵਰਤਮਾਨ ਉਮਰਾਂ ਦਾ ਜਿਹੜਾ ਅਨੁਪਾਤ ਆ ਉਹ ਕਿੰਨਾ 5:6 ਬੰਦਾ 5/6 ਜੇ ਅਸੀਂ ਕ ਲਈਏ ਗੌਰਵ ਦੀ ਉਮਰ ਬਣੂਗੀ 5x ਕਿਸੇ ਨਾ ਗੁਣਾ ਕਰ ਦਾਂਗੇ ਵੇਰੀਏਬਲ ਨਾਲ ਹਰਿੰਦਰ ਦੀ ਬਣੂਗੀ 6x ਅਵਤਾਰ ਦੀ ਕਿੰਨੀ ਬਣੂਗੀ ਵੀ ਵਿੱਚ 4 ਜੋੜ ਜੂਗਾ ਮਤਲਬ 6x 4 ਬਣੂਗੀ ਕਲੀਅਰ ਹੁਣ ਇੱਥੋਂ ਫੇਰ ਆਜੋ ਅਵਤਾਰ ਤੇ ਗੌਰਵ ਦੀ ਉਮਰਾਂ ਦਾ ਜੋੜ ਕਿੰਨਾ 70 ਉਪਤਾਰ ਦੀ ਕਿੰਨੀ ਹੈ 6x 4 ਗੌਰਵ ਦੀ ਕਿੰਨੀ ਹੈ ਵੀ ਇੱਥੇ ਕੱਢੀ ਸੀ ਆਪਾਂ 5x ਦਿੱਤਾ ਕਿੰਨਾ ਆਪਾਂ ਨੂੰ 70 ਜਿਹੜਾ ਆਹ ਦਾ 4 ਉਧਰ ਜਾ ਕੇ ਮਾਈਨਸ ਦਾ ਹੋ ਜੂ 6 ਤੇ 5 ਕਿੰਨੇ ਹੋ ਜਾਣਗੇ 11x 70 ਤੋਂ 4 ਮਾਈਨਸ ਕਰਾਂਗੇ 66 11x 66 ਦੇ x 66 11 ਜਾਨੀ ਕਿ 11 ਚਿਕਾ 66 ਹੁੰਦੇ ਆ x 6 x ਆ ਗਿਆ ਆਪਣਾ 6 ਕਲੀਅਰ ਹੁਣ ਮੈਂ ਇੱਥੇ ਦੂਜੇ ਕਲਰ ਨਾਲ ਲਿਖ ਰਿਹਾ ਤਾਂ ਕਿ ਤੁਹਾਨੂੰ ਇਹ ਮਿਟੇ ਨਾ ਇਥੋਂ ਕਰਦੇ ਆਂ ਤਾਂ ਗੌਰਵ ਦੀ ਉਮਰ ਕਿੰਨੀ ਹੋਊਗੀ ਆਪਾਂ ਨੂੰ ਗੌਰਵ ਦੇ ਅਵਤਾਰ ਦੀ ਉਮਰ ਚਾਹੀਦੀ ਹੈ ਠੀਕ ਹੈ ਅਵਤਾਰ ਦੀ ਉਮਰ ਚਾਹੀਦੀ ਆਪਾਂ ਨੂੰ 5 ਸਾਲ ਪਹਿਲਾਂ ਤਾਂ ਅਵਤਾਰ ਦੀ ਉਮਰ ਹੋਣ ਦੀ ਉਮਰ 6x 4 ਐ x ਨੂੰ ਆਪਾਂ 6 ਪਾਸੇ ਦੋ 6x 36 4 36 ਆਜੂ ਇੱਥੇ 4 ਹੋਰ ਜਾਉ ਨੂੰ ਜਾਣਗੇ ਮਤਲਬ ਹੁਣ ਦੀ ਜਿਹੜੀ ਉਮਰ ਅਵਤਾਰ ਦੀ ਉਹ ਕਿੰਨੀ ਐ 40 5 ਸਾਲ ਪਹਿਲਾਂ ਕਿੰਨੀ ਹੋ ਜੂਗੀ ਉੱਪਰ ਦੇਖੋ ਬੇਟਾ 5 ਸਾਲ ਪਹਿਲਾਂ 40 ਦੇ ਵਿੱਚੋਂ ਅਸੀਂ 5 ਮਾਈਨਸ ਕਰ ਦਾਂਗੇ ਕਿੰਨੀ ਹੋਊਗੀ 35 ਸਾਲ ਗਿਰਾਓ ਸੀ ਆਪਸ਼ਨ ਸੀ ਆਉਗੀ ਹਾਂਜੀ ਇਹ ਸੀਗਾ ਤੁਹਾਡਾ ਮੈਥ 올ਿਮਪੀਅਡ 10ਵੀਂ ਜਮਾਤ ਲਈ ਉਮੀਦ ਹੈ ਵੀ ਤੁਹਾਨੂੰ ਸਾਰੇ ਪ੍ਰਸ਼ਨ ਜਿਹੜੇ ਉਹ ਬਹੁਤ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਸਮਝ ਆ ਗਏ ਹੋਣਗੇ ਥੈਂਕ ਯੂ